ਸਾਨੂੰ ਤਾਂ ਬਈ ਸੁੱਤੇ ਪਿਆ ਨੂੰ ਵੀ ਡੈਂਪੀ ਦਿੰਦਾ ਯਾਰ। ਕਾਂਗਰਸ ਦਾ ਲੱਗਦਾ ਥੋੜਾ, ਇਹ ਤਾਂ ਜੋ ਰਾਜੇ ਨੂੰ ਪਾਉਣਗਾ ਆਖਣਾ ਵੀ ਰਾਜਾ ਬਣੂਗਾ। ਬਈ ਅੱਜ ਸਾਈਕਲ ਖੜਾ, ਇਹ ਕਾਹਦੇ ਆਸਰੇ ਖੜਾ? ਸਟੈਂਡ ਦੇ ਮੜਾ ਦਿਖਾ ਦੇ। ਇਨਸਾਨ ਕੋਲੇ ਸਟੈਂਡ ਹੋਣਾ ਜ਼ਰੂਰੀ ਆ, ਪਰ ਜਦੋਂ ਅੱਜ ਸਾਈਕਲ ਸਟੈਂਡ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ, ਤੇ ਮਨਪ੍ਰੀਤ ਕਿਸ ਕੰਮ ਦਾ? ਕੀ ਲੱਗਦਾ ਬਾਪੂ ਜੀ ਕੌਣ ਜਿੱਤੂ ਤੁਹਾਡੇ ਇੱਥੋਂ? ਭਗਵੰਤ ਮਾਨ ਹੁਣੀ ਕਹਿੰਦੇ ਵੀ ਅਸੀਂ ਪੰਦਰਾਂ ਹੁਣ ਤਾਂ ਦਾਣੇ ਤਾਂ ਬੰਦ ਕਰਤੇ ਉਹਨੇ, ਗਰੀਬ ਤਾਂ ਭੁੱਖੇ ਮਾਰਤੇ ਉਹਨੇ, 3 ਸਾਲ ਹੋ ਗਏ 10 ਰੁਪਇਆ ਲਾਇਆ ਕਿਤੇ ਉਹਨੇ, ਮੈਂ ਪਿੰਡਾਂ ਦੇ ਵਿੱਚ 10 ਇੱਕ ਗਰਾਡ ਨਹੀਂ ਦਿੱਤੀ। ਇਸ ਕਬੀਰ ਹੋਰੀ ਕਹੀ ਜਾਂਦੇ ਆ ਵੀ ਮਨਪ੍ਰੀਤ ਨੂੰ ਉਹ ਅੱਧੀ ਵੋਟ ਮਨਪ੍ਰੀਤ ਨੂੰ ਪੈ ਜਾਣੀ ਆ, ਅੱਧੀ ਡੈਂਪੀ ਨੂੰ ਪੈ ਜਾਣੀ, ਕਹਿ ਰਹੇ ਨੇ ਉਹ ਇਹ ਗੱਲ ਵੀ ਮਨਪ੍ਰੀਤ ਨੂੰ। ਹਾਂਜੀ ਹਾਂਜੀ, ਪਿੰਡਾਂ 'ਚ ਫੋਨ ਆਈ ਜਾਂਦੇ ਲੋਕਾਂ ਨੂੰ, ਆਈ ਜਾਂਦੇ ਵੀ ਭਾਜਪਾ ਨੂੰ ਪਾਵਾਂਗੇ, ਮੋਦੀ ਨੂੰ ਪਾਵਾਂਗੇ, ਮੋਦੀ ਸਾਨੂੰ ਕਣਕ ਦਿੰਦਾ ਸਹੀ ਆ। ਅੱਗੇ ਦਾ ਯਾਰ ਡੈਂਪੀ ਦੇ ਮਨਪ੍ਰੀਤ ਆ ਬਈ, ਰਾਜਾ ਦਾ ਪਿੱਛੇ ਯਾਰ, ਰਾਜੇ ਦਾ ਜਦੋਂ ਰਾਜੇ ਨੂੰ ਵੋਟਾਂ ਪਾਉਣੀਆਂ ਰਾਜੇ ਦੀ ਅਕੜ ਸੀ, ਅੱਜ ਤਾਂ ਡੈਂਪੀ ਮਾਰੂਗਾ, ਡੈਂਪੀ ਮਾਰੂਗਾ ਮਨਪ੍ਰੀਤ। ਪਹਿਲਾਂ ਤਾਂ ਖੋਦੀ ਅਕਾਲੀ ਦਲ ਨੇ ਆਪਦੀ ਕਬਰ ਬਈ ਵੋਟ ਸ਼ਿਫਟ ਹੋਊਗੀ ਮਨਪ੍ਰੀਤ ਨੂੰ, ਕਰਾਈ ਜਾਊਗੀ ਜਾਂ ਆਪ ਹੀ ਹੋਊ ਬਾਈ ਜੀ? ਕਰਾਈ ਜਾਊਗੀ, ਹਜੇ ਸ਼ੱਕ ਆ ਕੋਈ ਇਹਦੇ ਵਿੱਚ? ਇਹਨਾਂ ਨੂੰ ਮੌਕਾ ਮਿਲ ਜਾਂਦੇ ਫਿਰ ਇਹਨਾਂ ਨੂੰ ਪਤਾ ਇਹ ਆਦੇ ਵੀ 2 ਸਾਲਾਂ 'ਚ ਅਸੀਂ ਭਵਿੱਖ ਬਦਲ ਦਿਆਂਗੇ, ਅਸੀਂ ਭਵਿੱਖ ਬਦਲ ਕੇ ਵੇਖਣਾ ਵੀ 2 ਸਾਲਾਂ 'ਚ ਬਦਲੀਦਾ ਕਿ ਨਹੀਂ ਬਦਲੀਦਾ। ਇਹ ਆਉਂਦਾ ਭਵਿੱਖ ਬਦਲਣ ਵਾਸਤੇ, ਭਵਿੱਖ ਤੁਹਾਨੂੰ 10 ਦਿਨਾਂ ਦਾ ਦਿਸਿਆ ਵੀ ਬਦਲਦਾ, ਉਦੋਂ ਪਹਿਲਾਂ ਭਵਿੱਖ ਕਿੱਥੇ ਸੀਗਾ? ਅਤੇ ਸਾਡੇ ਅਕਾਲੀ 25 ਸਾਲਾਂ 'ਚੋਂ ਛੱਪੜ ਝੋਣੇ ਨਿਕਲੇ ਸਾਡੇ, ਅਸੀਂ ਇੱਕ ਪਾਸੇ ਸੀਗਾ ਸਾਨੂੰ ਤਾਂ ਡੈਂਪੀ ਦਾ ਹੀ। ਤੇ ਜਿਹੜਾ ਵਾਅਦੇ ਕਰ ਰਿਹਾ ਭਗਵੰਤ ਮਾਨ ਇੱਥੇ ਆ ਕੇ ਲੱਗਦਾ ਉਹ ਪੂਰੇ ਹੋਣਗੇ? ਜਿੱਦਾਂ ਬਾਈ ਹੁਣੀ ਕਹਿੰਦੇ ਨਹੀਂ ਹੁੰਦੇ ਬਾਈ, ਡੱਕਾ ਨਹੀਂ ਹੁੰਦਾ, ਫਿਰ ਵੀ ਡੈਂਪੀ ਜਿੱਤੂਗਾ। ਹਾਂ ਗੱਲ ਤੁਹਾਡੀ ਬਿਲਕੁਲ, ਉੱਥੇ ਜਾ ਕੇ ਮੁੱਕਦੀ ਆ ਵੀ ਕੰਮ, ਕਈ ਬੰਦੇ ਹਰਨ ਤੇ ਹੀ ਪਾਈ ਜਾਂਦੇ ਨਾ ਵੀ ਚਲ ਤਰਸ ਆਧਾਰ ਤੇ ਪਾਉਂਦੇ ਆ, ਤਰਸ ਆਧਾਰ ਤੇ ਬਾਈ। ਅਸੀਂ ਅਕਾਲੀ ਦਲ ਦੇ ਪੱਕੇ ਵੋਟਰ ਸੀਗੇ ਜੀ। ਤੁਸੀਂ? ਹਾਂਜੀ ਹਾਂਜੀ, ਤੇ ਅਸੀਂ ਅਕਾਲੀ ਦਲ ਜਿੰਨਾ ਸੀਗਾ ਜੀ ਇੱਕ ਹੀ ਡੈਂਪੀ ਢਿੱਲੋਣਾ ਚੱਲੇ ਦੇ ਮੋਲ ਤੱਕ ਨਾ ਵੀ ਰਾਈ ਉਡਿੰਗਦੀ ਆ। ਬਾਈ ਇਹਨੂੰ ਵੇਖ ਲਓ, ਨਵਾਂ ਖੂਹ ਪਾਲਦੇ ਹੁੰਦੇ ਆ ਲੋਕ, ਝਾੜੂ ਵਾਲਾ ਵੀ ਨਵਾਂ ਖੂਹ ਪਾਲਿਆ ਸੀਗਾ। ਉਹ ਸਾਡੇ ਕਰਦੇ ਨਹੀਂ ਭਰਾਵਾ ਖਤਮ, ਆਪਾਂ ਪਰੇ ਕਰਲਾ ਨਹੀਂ ਕਰਨਾ। ਪਿੰਡ ਕੌਣੀ ਗਿੱਦੜਬਾਹੇ ਦੇ ਹਲਕੇ 'ਚ ਮੌਜੂਦ ਆ, ਇੱਥੇ ਇੱਕ ਸੱਥ 'ਚ ਮੌਜੂਦ ਆ ਬਜ਼ੁਰਗ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਵੇਂ ਹੋ ਜੀ? ਠੀਕ ਹੋ? ਹਾਂ ਜੀ ਠੀਕ ਆ। ਕੀ ਮਾਹੌਲ ਆ ਵੋਟਾਂ ਦਾ ਤੁਹਾਡੇ ਏਰੀਏ 'ਚ ਫਿਰ ਗਿੱਦੜਬਾਹਾ? ਉਹ ਕੀ ਦੱਸੀਏ ਹੁਣ ਯਾਰ, ਕੀ ਕਹਿੰਦਾ ਗਿੱਦੜਬਾਹਾ ਵੈਸੇ? ਗਿੱਦੜਬਾਹਾ ਡੈਂਪੀ ਜਿੱਤੂ। ਅੱਛਾ, ਡੈਂਪੀ ਦਾ ਲੱਗਦਾ। ਤੁਸੀਂ ਕੀ ਕਹਿੰਦੇ ਹੋ? ਮਨਪ੍ਰੀਤ ਜੀ। ਮਨਪ੍ਰੀਤ? ਮਨਪ੍ਰੀਤ। ਅੱਛਾ, ਕਾਤੇ? ਮਨਪ੍ਰੀਤ ਜਿੱਤੂਗਾ। ਅੱਛਾ ਸਹੀ ਆ, ਕਾਤੇ ਲੱਗਦਾ ਵੀ ਮਨਪ੍ਰੀਤ ਜਿੱਤੂਗਾ? ਸਾਰੇ ਜਿੱਦਾਂ ਬਾਈ ਹੁਣੀ ਡੈਂਪੀ ਕਹਿ ਰਹੇ ਨੇ, ਬਹੁਤੇ ਲੋਕ ਇਹ ਕਹੀ ਜਾਂਦੇ ਕਹਿੰਦੇ ਵੀ ਸਰਕਾਰ ਵਾਲਾ ਪੱਲੜਾ ਭਾਰੀ ਹੁੰਦਾ ਵੀ ਉਹ ਜਿੱਤ ਗਈ। ਨਹੀਂ ਮਨਪ੍ਰੀਤ ਐ ਨਾ ਵੀ ਪਹਿਲਾਂ ਮਨਪ੍ਰੀਤ ਰਿਹਾ ਸਾਡੇ। ਅੱਛਾ, ਪਹਿਲਾਂ 4 ਵਾਰੀ ਮੁੱਖ ਮੰਤਰੀ ਰਿਹਾ ਆਪਣਾ, MLA ਰਿਹਾ ਸਾਡੇ, ਉਹਨੇ ਕੰਮ ਕੀਤੇ ਆ। ਅੱਛਾ, ਉਹ ਕੰਮ ਨੂੰ ਵੋਟ ਪਊਗੀ। ਅੱਛਾ ਹਾਂਜੀ, ਠੀਕ ਹੈ, ਸ਼ੁਕਰੀਆ। ਤੁਸੀਂ ਕੀ ਕਹਿੰਦੇ ਹੋ ਬਾਈ? ਕਹਿੰਦੇ ਇੱਕ ਜਣਾ ਡੈਂਪੀ ਤੇ ਇੱਕ ਜਣਾ ਕਹਿੰਦਾ ਵੀ ਮਨਪ੍ਰੀਤ ਜਿੱਤੂਗਾ, ਤੁਹਾਨੂੰ ਕਿੱਧਰਲੀ ਹਵਾ ਲੱਗਦੀ ਆ? ਬਾਈ ਜੀ ਮੈਂ ਤੈਨੂੰ ਪਹਿਲਾਂ ਤਾਂ ਗੱਲ ਦੱਸਦਾ ਜੀ, ਬਈ ਅੱਜ ਸਾਈਕਲ ਖੜਾ। ਹਾਂਜੀ, ਇਹ ਕਾਹਦੇ ਆਸਰੇ ਖੜਾ? ਸਟੈਂਡ ਦੇ ਦਿਖਾਈ, ਮੜਾ ਦਿਖਾ ਦੇ। ਇਨਸਾਨ ਕੋਲੇ ਸਟੈਂਡ ਹੋਣਾ ਜ਼ਰੂਰੀ ਆ, ਇਹਨਾਂ ਨੇ ਗੱਲ ਕੀਤੀ ਆ ਮਨਪ੍ਰੀਤ? ਚਲੋ ਮੈਂ ਸਹਿਮਤ, ਇਹਨਾਂ ਨੇ ਕੰਮ ਕੀਤੇ ਆ, ਪਰ ਜਦੋਂ ਅੱਜ ਸਾਈਕਲ ਸਟੈਂਡ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ, ਤੇ ਮਨਪ੍ਰੀਤ ਕਿਸ ਕੰਮ ਦਾ? ਅੱਛਾ, ਸਟੈਂਡ ਆ ਨਹੀਂ ਉਹਦਾ ਬਾਈ ਯਾਰ, ਕੋਈ ਪਾਰਟੀ ਰਹਿ ਗਈ ਹੁਣ, ਬਾਜੂ ਸਮਾਜ ਪਾਰਟੀ ਰਹਿ ਗਈ, ਇੱਕ ਕਿਹੜਾ ਉਹਦੇ 'ਚ ਦਿਆ ਹੁਣ? ਸਹੀ ਆ। ਹਾਂ, ਜਿਹੜੀ ਤੁਸੀਂ ਜਿੱਤ ਹਾਰ ਦਾ ਪੁੱਛਦੇ ਆ, ਇਹ ਆਪਣੋ ਆਪਣਾ ਓਪੀਨੀਅਨ ਹੁੰਦਾ। ਹਾਂਜੀ, ਅਕਾਲੀ ਦਲ ਦੇ ਕੈਂਡੀਡੇਟ ਨਾਂ ਦੇਣਾ,
ਬਾਈ ਜੀ ਨਾ ਤਾਂ ਡੈਂਪੀ ਦਾ ਪਤਾ ਲੱਗਦਾ ਜਿੱਤੂਗਾ, ਨਾ ਰਾਜੇ ਦਾ ਪਤਾ ਲੱਗਦਾ। ਠੀਕ ਹੈ ਜੀ, ਠੀਕ ਹੈ ਨਾ। ਮੁਕਾਬਲਾ ਕਹਿਣ ਦਾ ਭਾਵ ਸਖਤ ਹੈ, ਮੁਕਾਬਲਾ ਕਹਿੰਦੇ ਡਿੰਪੀ ਤੇ ਰਾਜੇ ਹੋਣਾ ਚਾਹੀਦਾ। ਹਾਂ ਹਾਂ ਹਾਂ, ਠੀਕ ਹੈ। ਅਤੇ ਇਹ ਜ਼ਰੂਰ ਦੱਸ ਦਿਓ, ਜਿੱਦਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਆ, ਵੀ ਅਕਾਲੀ ਦਲ ਨੇ ਇੱਥੇ ਕੈਂਡੀਡੇਟ ਨਹੀਂ ਦਿੱਤਾ ਕਿਸੇ ਸਮੇਂ, ਗੜ੍ਹ ਸੀ ਅਕਾਲੀਆਂ ਦਾ ਇਹ, ਪਰ ਉਹ ਵਾਲੀ ਵੋਟ ਜਿਹੜੀ ਹੈ ਅਕਾਲੀ ਦਲ ਦੇ ਬੰਦੇ ਤਾਂ ਘਰੋ ਘਰ ਬਹਿ ਗਏ, ਪਰ ਉਹ ਵੋਟ ਤਾਂ ਕਿਤੇ ਭੁਗਤਾਉਣਗੇ ਨਾ, ਤੁਹਾਨੂੰ ਕੀ ਲੱਗਦਾ ਵੋਟ ਕਿੱਧਰ ਭੁਗਤੂਗੀ ਉਹ ਵਾਲੀ? ਉਹ ਛੋਟੇ ਭਾਈ ਗੱਲ ਇਹ ਆ, ਪਹਿਲਾਂ ਤਾਂ ਖੋਦੀ ਅਕਾਲੀ ਦਲ ਨੇ ਆਪਦੀ ਕਬਰ, ਆਪਦੀ ਆਪ। ਹਾਂਜੀ, ਵੋਟ ਜ਼ਿਆਦਾਤਰ ਜਿਵੇਂ ਬਾਈ ਜਾਂਦਾ ਮਨਪ੍ਰੀਤ ਜਿੱਤੂਗਾ, ਬਈ ਵੋਟ ਸ਼ਿਫਟ ਹੋਊਗੀ ਮਨਪ੍ਰੀਤ ਨੂੰ। ਠੀਕ ਹੈ ਜੀ, ਕਰਾਈ ਜਾਊਗੀ ਜਾਂ ਆਪ ਹੀ ਹੋਊ? ਬਾਈ ਜੀ ਕਰਾਈ ਜਾਊਗੀ, ਹਜੇ ਸ਼ੱਕ ਆ ਕੋਈ ਇਹਦੇ ਵਿੱਚ, ਅਕਾਲੀਆਂ ਦੀ ਵੋਟਾਂ ਮਨਪ੍ਰੀਤ ਨੂੰ ਪੈਣਗੇ ਆ। ਅੱਛਾ, ਪਰ ਜਿੰਨਾ ਕੇ ਬਾਈ ਓਪੀਨੀਅਨ ਆਉਂਦਾ ਬਈ ਉਹ ਜਿੱਤਦੇ ਨੇੜੇ ਤੇੜੇ ਵੀ ਹੈ ਨਹੀਂ ਮਨਪ੍ਰੀਤ? ਨਾ ਨਾ, ਬਿਲਕੁਲ ਨਹੀਂ ਵੀਰ। ਕਿੰਨਵੇਂ ਨੰਬਰ ਤੇ ਆਊ ਦੱਸ ਦਿਓ ਬਾਈ ਨੂੰ ਜਰਾ। ਬਾਈ ਜੀ ਤੀਜੇ ਤੇ ਆਊਗਾ। ਅੱਛਾ, ਹੋਰ ਦੂਜੇ ਦੀ ਦੌੜ 'ਚੋਂ ਹੈ ਨਹੀਂ ਗਾ ਤੇ ਪਹਿਲੇ ਤੋਂ ਤਾਂ ਗੱਲ ਹੀ ਬਹੁਤ ਦੂਰ ਦੀ। ਤੀਜੇ ਤੇ ਆਊ ਕਹਿੰਦੇ? ਤੀਜੇ ਤੇ ਆਊ, ਅਸੀਂ ਦੂਜੇ ਤੇ ਲਿਆ ਰਹੇ ਹਾਂ, ਅਸਲ ਜਿਤਾ ਰਹੇ ਹਾਂ, ਪਰ ਵੇਖੋ। ਚਲੋ ਦੇਖਦੇ ਹਾਂ। ਤੁਸੀਂ ਕਹਿ ਰਹੇ ਸੀ ਮੈਂ ਕੰਮ ਛੱਡ ਕੇ ਨਾਲ ਤੁਰਿਆ ਹੋਇਆ ਹਾਂ। ਮੈਂ ਹੜੰਬਾ ਛੱਡਤਾ ਵੀ ਮਨਪ੍ਰੀਤ ਦੇ ਨਾਲ ਅੱਜ ਵੋਟਾਂ ਨਹੀਂ ਪੈਂਦੀਆਂ, ਉਹਨੇ ਨਾਲ ਰਹੂੰਗਾ ਮੈਂ ਉਹਦੇ। ਅੱਛਾ, ਤੇ ਘਰ ਕਿੱਦਾਂ ਚੱਲੂ? ਘਰ ਚੱਲੀ ਜਾਵੇ, ਘਰ ਪਹਿਲਾਂ ਵੀ ਚੱਲੀ ਜਾਂਦਾ ਸੀ ਘਰ, ਕਿੱਡੀ ਖਾ ਗੱਲ ਹੈ, ਜਦੋਂ ਪਾਕੀ ਕਰਨੀ ਗਈ ਦੀ ਨਾਲ ਹੀ ਤੁਰਨਾ ਗਏ ਤੇ। ਹੋਰ ਆਹ ਬਜ਼ੁਰਗਾਂ ਨੂੰ ਵੀ ਪੁੱਛ ਲੈਂਦੇ, ਬਜ਼ੁਰਗੋ ਇੱਕ ਨੇ ਕਹਿਤਾ ਆਮ ਆਦਮੀ ਤੇ ਇੱਕ ਨੇ ਕਹਿਤਾ ਮਨਪ੍ਰੀਤ ਬਾਦਲ, ਤੇ ਇੱਧਰ ਬਾਈ ਹੋਣੀ ਕਹਿੰਦੇ ਮੁਕਾਬਲਾ ਸਖਤ ਆ, ਪਰ ਤੁਹਾਨੂੰ ਕੀ ਲੱਗਦਾ ਤੁਸੀਂ ਸੱਤ ਨਹੀਂ ਆ ਰਿਹਾ ਬੰਦਾ ਕੌਣ? ਅੱਛਾ, ਬਈ ਅਸੀਂ ਮੈਂ ਤੈਨੂੰ ਦੱਸਦਾ ਗੱਲ, ਹਾਂਜੀ ਹਾਂਜੀ, ਦੂਜੇ ਪਿੰਡਾਂ 'ਚ ਤਾਂ ਆਪਾਂ ਗਏ ਨਹੀਂ। ਠੀਕ ਹੈ ਜੀ, ਜਿਹੜਾ ਆਹ ਪਿੰਡ ਹੈ ਕੌਣੀ ਨਗਰ ਹੈ, ਜੋ ਅਕਾਲੀ ਦਲ ਵੋਟ ਹੈ ਇਹਨੂੰ ਆ, ਡੈਂਪੀ ਨੂੰ, ਡੈਂਪੀ ਨੂੰ ਆ, ਅਕਾਲੀ ਦਲ ਵਾਲੀ ਸਾਰੀ ਵੋਟ, ਸਾਰੀ ਵੋਟ ਡੈਂਪੀ ਨੂੰ। ਅੱਛਾ, ਤੇ ਉਹ ਮਨਪ੍ਰੀਤ ਜਿਹੜਾ ਭਾਈ ਆ ਸੁਖਵੀਰ ਬਾਦਲ ਦਾ, ਉਹਨੂੰ ਨਹੀਂ ਜਾਂਦੀ ਦੀਦੀ? ਜਵਾਬ ਦਿੱਤਾ ਸਾਰਿਆਂ ਨੇ ਵੀ ਇੱਕ ਵਾਰੀ ਜਿਵੇਂ ਇਹਨਾਂ ਵੀ ਸਰਕਾਰ ਹੈਗੀ, ਇਹਨਾਂ ਨੂੰ ਮੌਕਾ ਮਿਲ ਜਾਂਦੇ, ਫਿਰ ਇਹਨਾਂ ਨੂੰ ਪਤਾ ਇਹ ਆਦੇ ਵੀ ਦੋ ਸਾਲਾਂ 'ਚ ਅਸੀਂ ਭਵਿੱਖ ਬਦਲ ਦਿਆਂਗੇ, ਅਸੀਂ ਭਵਿੱਖ ਬਦਲ ਕੇ ਵੇਖਣਾ ਵੀ ਦੋ ਸਾਲਾਂ 'ਚ ਬਦਲੀ ਦਾ ਕਿ ਨਹੀਂ ਬਦਲੀ ਦਾ। ਅੱਛਾ, ਤੁਸੀਂ ਦੋਨੋਂ ਭਾਈ ਭਾਈ ਹੋ? ਨਹੀਂ, ਤਾਏ ਚਾਚੇ ਦੇ ਮੁੰਡੇ ਆ। ਅੱਛਾ, ਤੇ ਅਸੀਂ ਭਵਿੱਖ ਬਦਲਦੇ ਮਾਰਿਆਂ ਨੂੰ ਜ਼ੋਰ ਲਾਈ ਜਾਂਦੇ। ਅੱਛਾ, ਮਤਲਬ ਕਿ ਤੁਸੀਂ ਚਾਹੁੰਦੇ ਹੋ ਵੀ ਸਰਕਾਰੀ ਧਿਰ ਹੀ ਆ ਜਾਏ ਤਾਂ ਜ਼ਿਆਦਾ ਫਾਇਦਾ? ਹਾਂ, ਜ਼ਿਆਦਾ ਫਾਇਦਾ, ਤੇ ਉਹ ਆਦਾ ਵੀ ਦੋ ਸਾਲਾਂ 'ਚ ਇਹਨਾਂ ਨੇ ਜਿੰਨੇ ਕੰਮ ਕੀਤੇ ਮੈਂ ਦੋ ਸਾਲਾਂ 'ਚ ਉਹਨੇ ਕਰ ਦੂੰ, ਪੂਰੇ ਕਰ ਦੋ। ਰਾਜੇ ਪਰਮਾਤਮਾ ਹੀ ਹੁੰਦਾ, ਪਰਮਾਤਮਾ ਨੇ ਇਹਨੂੰ ਸਾਡੇ ਸਮਝ ਚ ਲਿਆ ਤੀ ਇਹਨੂੰ ਜਿੱਤ। ਠੀਕ ਹੈ ਜੀ, ਤੁਸੀਂ ਕਹਿਣਾ ਚਾਹੁੰਦੇ? ਮੈਂ ਇਹਦੀ ਥੋੜੀ ਜੀ ਗੱਲ ਤੇ, ਵੈਸੇ ਤਾਂ ਮੇਰਾ ਵੱਡਾ ਭਰਾ ਇਹ ਆਂਦਾ ਭਵਿੱਖ ਬਦਲਣ ਵਾਸਤੇ, ਭਵਿੱਖ ਤੁਹਾਨੂੰ ਦੱਸਾਂਗੇ ਦਿਨਾਂ ਦਾ ਦਿਸਿਆ ਵੀ ਬਦਲਦਾ, ਉਹ ਤੋਂ ਪਹਿਲਾਂ ਭਵਿੱਖ ਕਿੱਥੇ ਸੀਗਾ? ਬਾਈ ਦੱਸਾਂਗੇ ਦਿਨਾਂ ਦਾ ਭਵਿੱਖ ਬਦਲ ਤੇ ਆਪਾਂ ਹੋ ਗਏ ਹੈਂ, ਅਕਾਲੀ ਦਲ ਦੀ ਆਪਾਂ 10 ਸਾਲ ਸਰਕਾਰ ਵੇਖੀ ਆ, ਭਵਿੱਖ ਬਦਲਣ ਦਾ ਸਮਾਂ ਸੀਗਾ ਕਿ ਨਹੀਂ ਸੀ? ਹੈਂ, ਚਲੋ ਠੀਕ, ਨਾਲੇ ਮੇਰਾ ਵੱਡਾ ਭਰਾ ਆਉਂਦਾ 2.5 ਸਾਲ ਰਹਿ ਗਏ, 2.5 ਨਹੀਂ ਰਹਿ ਗਏ, 2 ਰਹਿ ਗਏ, 6 ਮਹੀਨੇ ਬਹੁਤ ਲੰਮਾ ਵਕਤ ਹੁੰਦਾ। ਹਾਂ, ਦੋ ਸਾਲ ਲਾ ਲਓ ਜੰਮਦੀਆਂ, ਹੈਂ, ਫਿਰ ਮਾਂ ਦੀ ਗੋਦੀ 'ਚ। ਕੀ ਲੱਗਦਾ ਬਾਪੂ ਜੀ ਕੌਣ ਜਿੱਤੂ ਤੁਹਾਡੇ ਇੱਥੋਂ? ਇਹ ਮੈਂ ਤਾਂ ਦੱਸ ਕੇ ਨਹੀਂ ਗਏ, ਉਹ ਤੁਸੀਂ ਤਾਂ ਸੋਚਿਆ ਹੋਊ ਕਿਹਨੂੰ ਵੋਟ ਪਾਉਣੀ ਹੈ। ਵੋਟ ਤਾਂ ਮਨ ਦੀ ਹੁੰਦੀ ਹੈ, ਜਿੱਥੇ ਮਨ ਕੀਤਾ ਪਾ ਦਿਆਂਗੇ। ਵੈਸੇ ਜ਼ੋਰ ਕਿਹਦਾ ਲੱਗਦਾ ਤੁਹਾਡੇ ਏਰੀਆ 'ਚ?
ਜੋਰ ਤਾਂ ਸਾਰਿਆਂ ਦਾ ਹੀ ਲੱਗੀ ਜਾਂਦਾ, ਟੇਕੇ ਕਿਹੜਾ ਪੈਂਦਾ? ਹਾਂ ਦੱਸ ਦਿਓ ਜੇ ਕੋਈ ਟੇਕੇ ਪੈਂਦਾ ਤਾਂ, ਸਾਰੇ ਅੱਡੀਆਂ ਦਾ ਆਪਦਾ ਲਾਈ ਆਉਂਦੇ ਆ। ਬਾਈ ਹੁਣੇ ਕੰਮ ਛੱਡਤਾ, ਕਹਿੰਦੇ ਮੈਂ ਤਾਂ ਵੋਟਾਂ ਦੇ ਨਾਲ ਤੁਰਨਾ ਬੰਦਿਆਂ ਦੇ ਨਾਲ। ਹੁਣ ਫਿਰ ਬਾਈ ਦਾ ਸਰਦਾ ਹੋਊਗਾ, ਸਾਡਾ ਤਾਂ ਸਰਦਾ ਨਹੀਂ ਤੇ ਅਸੀਂ ਤਾਂ ਫਿਰ ਨਹੀਂ ਛੱਡ ਸਕਦੇ ਕੰਮ, ਵੋਟ ਜ਼ਰੂਰ ਪਾ ਕੇ ਆਵਾਂਗੇ। ਹਾਂ ਬਸ ਭਾਈਚਾਰਾ ਕਾਇਮ ਰਹਿਣਾ ਚਾਹੀਦਾ, ਬਾਕੀ ਵੋਟ ਜ਼ਰੂਰ ਪਾਵਾਂਗੇ ਜਿਹੜੀ ਬਣੀ ਹੈ, ਤੇ ਪਾਵਾਂਗੇ ਆਪਦੇ ਮਨ ਨਾਲ, ਤੇ ਕੰਮ ਜ਼ਰੂਰ ਕਰਾਂਗੇ ਜਿੰਨਾ ਕੁ ਕਰਦੇ ਹਾਂ। ਠੀਕ ਹੈ ਨਾ, ਇੱਧਰ ਵੀ ਜਾ ਕੇ ਆਉਂਦੇ ਹਾਂ, ਬਜ਼ੁਰਗ ਬੈਠੇ ਨੇ। ਬਜ਼ੁਰਗੋ ਕੀ ਕਹਿੰਦੇ ਹੋ, ਤੁਸੀਂ ਵੀ ਦੱਸ ਦਿਓ ਵੋਟ ਬਣੀ ਹੈ ਤੁਹਾਡੀ? ਲੱਗਦਾ ਲਿਜਾਂਦਾ ਇੱਥੋਂ ਕਹਿ ਸਕਦੇ? ਮੇਰੀ ਗੱਲ ਸੁਣ, ਅਸੀਂ ਤਾਂ ਪਾਉਣਗਾ ਰਾਜੇ ਨੂੰ, ਸਾਰੇ ਪਿੰਡ ਸਾਡੇ ਪੰਜ ਅੱਡੇ, ਪੰਜ ਸਕੂਲ, ਠੀਕ ਹੈ, ਤੇ ਦੂਜਾ ਜਿਹੜੇ ਪਚਾਇਰਕਾ ਬਣਾਏ ਚਾਰ ਪੰਜ ਉਹ ਬਣਾ ਤੇ ਇਹਨਾਂ ਨੇ, ਕਾਂਗਰਸ ਨੇ ਸਰਪੰਚ ਨੇ, ਰਾਜੇ ਨੇ ਬਣਾ ਤੇ, ਕਾਂਗਰਸ ਨੇ ਬਣਾ ਤੇ, ਉਹ ਤੁਸੀਂ ਵੇਖ ਲਓ। ਤੇ ਜਿਹੜੇ ਅਕਾਲੀਆਂ ਨੇ ਪੱਚੀਆਂ ਸਾਲਾਂ 'ਚ ਕੋਈ ਇੱਥੇ ਅੱਡਾ ਨਹੀਂ ਬਣਿਆ ਇੱਕ, ਸਾਡੇ ਉੱਥੋਂ ਉਹ ਵੇਖੋ ਸਮਾਨ ਘਾਟ ਜਾ ਕੇ ਪਲਾਨ ਦੀ 100 ਬੰਦਾ ਹੋਵੇ, ਆਪਣਾ 500 ਬੰਦਾ ਹੋਵੇ, ਲੋਕ ਟਾਇਰ ਲੱਗੀ ਆ, ਪੱਠੀਆਂ ਬਣੀਆਂ, ਜੇ ਮਾਲਾ ਸਕਾਰ ਕਰਨ ਵਾਲੇ ਮੀਂਹ ਆ ਗਿਆ, ਇੰਨੇ ਬਣੀਆਂ ਟਾਵਰ ਵੀ ਛੱਡ ਗਿਲਾਂ ਦੇ। ਅਤੇ ਸਾਡੇ ਕਾਲੀ 25 ਸਾਲਾਂ 'ਚ ਛੱਪੜ ਝੋਣੇ ਨਿਕਲੇ ਸਾਡੇ। ਅੱਛਾ, ਕੀ ਕਰਦੇ ਨੇ ਛੱਪੜ 'ਚ? ਛੱਪੜ 'ਚ ਹੋਵੇ ਲਾਵੇ 9 ਦੁਆਰੀ 25 ਸਾਲਾਂ 'ਚ ਨਹੀਂ ਹੋਏ। ਅੱਛਾ, ਇਹ ਸਮਾਂ ਲੈਣਾ ਰਾਜੇ ਨੇ ਕੰਮ ਕੀਤਾ ਸਾਡੀ, ਕੀ ਰਾਜੇ ਨੇ ਕੀ ਬਣਾ ਕੇ ਦਿੱਤਾ ਆਪਾਂ ਨੂੰ 15 ਸਾਲਾਂ 'ਚ? ਸਾਡੇ ਸਰਪੰਚ ਨਾਲ ਸੀਗਾ ਪੱਕੜ ਰਾਜੇ, ਅਕਾਲੀ ਪਾਰਟੀ ਕਾਂਗਰਸ 'ਚ ਪੱਕੜ ਸੀ ਮੈਂ, ਪੱਕੜ ਮੈਂ ਬਦਲ ਗਿਆ। ਕਿਉਂ ਬਦਲਿਆ ਹੈ? ਸਾਡੇ ਜਿਹੜੇ ਕਮਰੇ ਆਏ ਸੀ, ਤਿੰਨਾਂ ਪਿਓ ਪੁੱਤਾਂ ਨਾ ਆਏ ਸੀ, ਸਾਰੇ ਚੈਂਚ ਕਰਤੇ, ਨਹੀਂ ਦਿੱਤੇ, ਲਾਰੇ ਲਾਈ ਗਏ ਤੇ ਤਾਂ ਟੁੱਟ ਗਏ, ਇੱਧਰ ਜੁੜ ਗਏ। ਸਾਡੇ ਸਰਪੰਚ ਠਾਏ ਦੋ, ਦੋਨਾਂ ਨੂੰ ਹਰਾ ਕੇ ਤੇ ਦੋਨੇ ਸਰਪੰਚ ਮਤਲਬ ਇੱਧਰ ਪਾਲਟੀ ਇੱਧਰ ਹੋ ਗਈ। 1500 ਵੋਟ ਹੈ ਸਾਡੀ ਬੋਰੀ ਸਿੱਖਾਂ ਦੇ ਸੂਰੇ ਵਾਲੇ, 1500 ਵੋਟ ਹੈ ਸੂਰੇ ਵਾਲੇ, ਸਾਰੇ ਮਨਪ੍ਰੀਤ ਦੀ ਹੈ। ਹਾਂਜੀ ਬਾਈ, ਇੱਥੋਂ ਦੇ ਹੀ ਹੋ? ਹਾਂਜੀ। ਅੱਛਾ, ਕੀ ਲੱਗਦਾ ਮਾਹੌਲ ਫਿਰ ਵੋਟਾਂ ਦਾ, ਕਿੱਧਰਲੀ ਬਾਜੀ ਭਾਰੀ ਹੈ ਐਤਕੀ? ਬਾਜੀ ਹੈ ਇੱਕ ਪਾਸੇ ਦੀਦਾ ਸਾਨੂੰ ਦਾ, ਡੈਂਪੀ ਦਾ ਹੀ, ਡੈਂਪੀ ਦੀਦਾ। ਠੀਕ ਹੈ, ਕਾਹਤੇ ਡੈਂਪੀ ਵੱਲ ਨੂੰ ਕਿਉਂ ਬਾਜੀ ਪਲਟਦੀ ਨਜ਼ਰ ਆ ਰਹੀ ਹੈ? ਉਹ ਬੰਦਾ ਬਹੁਤ ਵਧੀਆ, ਇਮਾਨਦਾਰ ਆ, ਕੰਮ ਕਰਾਏ ਆ, ਕੰਮ ਹੁਣ ਵੀ ਕਰਾਈ ਜਾਂਦਾ ਸਰਕਾਰ ਹੈਗੀ ਨਾਲੇ। ਪਰ ਇਹ ਵੀ ਸਵਾਲ ਲੋਕ ਗੱਲ ਕਰਦੇ ਨੇ ਵੀ ਜਦੋਂ ਹਵਾ ਸੀ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੀ 2022 'ਚ, ਉਦੋਂ ਰਾਜਾ ਵੜਿੰਗ ਜਿੱਤ ਗਿਆ ਅਤੇ ਡੈਂਪੀ ਢਿੱਲੋਂ ਬਹੁਤ ਘੱਟ ਵੋਟਾਂ ਨਾਲ ਹਾਰਿਆ ਸੀ, ਉਸਲੇ ਡੈਂਪੀ ਨੂੰ ਕਿਉਂ ਨਹੀਂ ਜਿਤਾਇਆ ਫਿਰ? ਉਦੋਂ ਅਕਾਲੀ ਦਲ ਦੇ ਵਿੱਚ ਸੀਗਾ ਉਹ। ਅੱਛਾ, ਉਹਦੇ ਕੋਲ ਪਾਵਰ ਨਹੀਂ ਸੀ, ਕੰਮ ਉਹਨੇ ਕਰਾਏ ਨਹੀਂ ਵਿਚਾਰੇ ਨੇ। ਅੱਛਾ, ਨਾ ਹੀ ਕੋਈ ਪਾਵਰ ਦਿੱਤੀ ਸੀ ਉਹਨੂੰ। ਅੱਛਾ, ਹੁਣ ਪਾਵਰ ਆ, ਸਭ ਕੁਛ ਹੈਗਾ, ਸਰਕਾਰ ਹੈਗੀ ਆ। ਅੱਛਾ, ਮਤਲਬ ਕਿ ਜੇ ਸਰਕਾਰ ਵਾਲੇ ਪਾਸੇ ਉਹ ਬੰਦਾ ਜਿੱਤੂਗਾ ਤਾਂ ਸ਼ਾਇਦ ਜ਼ਿਆਦਾ ਫਾਇਦਾ ਲੱਗਦਾ। ਹਾਂਜੀ, ਕੰਮ ਨਾਲ ਹੀ ਹੁਣ ਕੰਮ ਕਰਾਉਂਦਾ ਉਹ, ਪਾਵਰ ਹੈਗੀ ਉਹਦੇ ਕੋਲ, ਕੰਮ ਹੋਈ ਜਾਂਦੇ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਬਾਈ। ਤੁਸੀਂ ਬੋਲੋਗੇ
ਤੁਹਾਡੀ ਵੋਟ ਹੈਗੀ ਆ ਇੱਥੇ? ਦਾਅਵੇਦਾਰ ਵੀ ਸੀ ਆਮ ਆਦਮੀ ਪਾਰਟੀ ਵੱਲੋਂ, ਉਹਦਾ ਕਹਿੰਦੇ ਹੱਕ ਮਾਰ ਲਿਆ ਡੈਂਪੀ ਨੇ। ਨਹੀਂ ਹੱਕ ਤਾਂ ਬਾਈ ਕਾਹਦਾ ਮਾਰ ਲਿਆ ਯਾਰ, ਉਹ ਆਪਦੀ ਥਾਂ ਤੇ, ਉਹ ਬਾਈ ਆਪਦੀ ਥਾਂ ਤੇ ਆ। ਅੱਛਾ ਹਾਂ, ਪਰ ਡੈਂਪੀ ਜਿੱਤੂ ਯਾਰ, ਡੈਂਪੀ ਜਿੱਤੂਗਾ। ਹਾਂ, ਤੇ ਬਾਕੀ ਰਾਜੇ ਮਹੂਣਾ ਦਾ, ਮਨਪ੍ਰੀਤ ਹੋਣਾ ਦਾ ਕੀ ਹਾਲ ਆ ਇਥੋਂ? ਆਪਣਾ ਬਈ ਧਿਆਨ ਹੀ ਡੈਂਪੀ ਕੰਨੀ ਆ, ਆਪਾਂ ਹੋਰ ਬੰਦੇ ਨਹੀਂ ਝਾਕਦੇ ਨੀ। ਅੱਛਾ, ਕੋਈ ਮਰਜ਼ੀ ਜਿੱਤੇ ਹਰੇ, ਆਪਾਂ ਡੈਂਪੀ ਜਿਤਾਉਣਾ। ਠੀਕ ਆ ਜੀ, ਸੇ ਠੀਕ ਹੈ ਜੀ। ਹਾਂ ਠੀਕ ਆ ਜੀ। ਅੱਛਾ, ਕੀ ਲੱਗਦਾ ਬਾਪੂ ਜੀ ਮਾਹੌਲ ਫੇਰ ਵੋਟਾਂ ਦਾ? ਵੋਟਾਂ ਦਾ ਮਾਹੌਲ ਦੋ ਪਾਸੇ ਜਾਪਦਾ ਸਾਨੂੰ ਤਾਂ। ਕਿੱਦਾਂ, ਮਤਲਬ ਦੋ ਪਾਸੇ ਕਿੱਦਾਂ, ਕੌਣ ਕੌਣ ਚੱਲ ਰਿਹਾ ਅੱਗੇ? ਅੱਗੇ ਰਾਜਾ ਤੇ ਦੂਜਾ ਡੈਂਪੀ। ਅੱਛਾ, ਇਹ ਦੋ ਜਣੇ ਅੱਗੇ ਚੱਲ ਰਹੇ ਨੇ, ਤੇ ਫਿਰ ਕੀ ਲੱਗਦਾ ਇਹਨਾਂ ਚੋਂ ਬਾਜੀ ਕੌਣ ਮਾਰ ਸਕਦਾ, ਤੁਹਾਨੂੰ ਕਿਹਦੀ ਜ਼ਿਆਦਾ ਚਾਂਸ? ਇੰਨਾ ਨਹੀਂ ਭਰਾਵਾ ਪਤਾ ਹੈਗਾ। ਅੱਛਾ, ਇੰਨਾ ਨਹੀਂ ਪਤਾ ਹੈਗਾ। ਤੇ ਤੁਹਾਡੇ ਪਿੰਡ 'ਚ ਤਾਂ ਗੱਡੀਆਂ ਵੈਸੇ ਛੂਕਦੀਆਂ ਫਿਰਦੀਆਂ, ਮੈਂ ਦੇਖਿਆ ਵਾਹਵਾ ਮਾਹੌਲ ਆ, ਪਿੰਡ ਵੀ ਵੱਡਾ ਤੁਹਾਡਾ? ਬਹੁਤ ਮਾਹੌਲ ਆ ਜੀ, ਕੱਲ੍ਹ ਬਹੁਤ ਜਾਏ ਸੀ। ਅੱਛਾ, ਹਾਂ, ਕੀ ਵਾਅਦੇ ਵੂਦੇ ਕਰਕੇ ਗਏ ਫਿਰ ਪਿੰਡ ਨਾਲ, ਕੀ ਕਹਿੰਦੇ ਕਰਾਂਗੇ ਪਿੰਡ ਲਈ? ਉਹ ਕਹਿੰਦੇ ਨਾ ਬਹੁਤ ਕੁਛ ਅਸੀਂ ਕਰਾਂਗੇ ਜੀ, ਗਲੀਆਂ ਬਣਾ ਲਾਂਗੇ, ਜਿਹੜੇ ਕਿ ਪਿੰਡ ਰਹਿੰਦੇ ਕੰਮ ਉਹ ਕਰਾਂਗੇ, ਕੋਈ ਅਲਾਹ ਕਰਾਂਗੇ, ਬਸ ਗੱਪੇ ਹੈਗੇ ਜਿੰਨੇ ਮਾਰੀ ਜਾਂਦੇ ਹੈਗੇ। ਹਾਂ, ਤੇ ਇਹ ਇਹ ਜ਼ਰੂਰ ਦੱਸੋ ਬਾਪੂ ਜੀ, ਇਹ ਸਾਰੇ ਦੇ ਵਿੱਚ ਮੁੱਦਿਆਂ ਦੀ ਗੱਲ ਕੋਈ ਕਰ ਰਿਹਾ ਵੀ ਭਾਈ ਤੁਹਾਡੇ ਪਿੰਡਾਂ ਦੇ, ਤੁਹਾਡੇ ਸ਼ਹਿਰ ਦੇ ਆਹ ਮੁੱਦੇ ਨੇ, ਇਹਦੀ ਗੱਲ ਕਰਾਂਗੇ, ਜਾਂ ਫਿਰ ਇੱਕ ਦੂਸਰੇ ਨੂੰ ਭੰਡੀ ਜਾਂਦੇ ਨੇ ਵੀ ਆਹ ਮਾੜਾ, ਆਹ ਇੱਦਾਂ, ਆਹ ਉੱਦਾਂ? ਇਹ ਤਾਂ ਨਹੀਂ ਸੁਣੀ ਗੱਲ, ਹਾਂ ਇਹ ਨਹੀਂ ਸੁਣੀ, ਮੁੱਦਿਆਂ ਬਾਰੇ ਸੁਣੀ ਜੀ। ਅੱਛਾ ਜੀ, ਇੱਦਾਂ ਨਹੀਂ, ਮੁੱਦਿਆਂ ਬਾਰੇ ਨਹੀਂ ਗੱਲ ਕਰ, ਕੱਲ੍ਹ ਰਿਕਾਰਡ ਦੇ ਗੱਲਾਂ ਵਾਸਤੇ ਇਹੀ ਕਰ। ਅਤੇ ਭਗਵੰਤ ਮਾਨ ਹੋਣਾ ਬਾਰੇ ਕੀ ਕਹੋਗੇ? ਉਹ ਵੀ ਗੇੜੇ ਤੇ ਗੇੜਾ ਤੁਹਾਡੇ ਇੱਥੇ ਗਿੱਦੜ ਬਾਹਰ ਰੱਖ ਰਹੇ ਨੇ, ਕਹਿੰਦੇ ਅਸੀਂ ਜਿਤਾ ਕੇ ਡੈਂਪੀ ਨੂੰ ਲਿਜਾਣਾ ਹੈ, ਅਤੇ ਤੁਹਾਡੇ ਫੇਰ ਕੰਮ ਹੋਣੇ ਆ, ਉੱਦਾਂ ਨਹੀਂ ਹੋਣੇ ਕਹਿੰਦੇ? ਭਗਵੰਤ ਮਾਨ ਤਾਂ ਡੈਂਪੀ ਦਾ ਹੀ ਹੈ ਨਾ, ਅਤੇ ਇਹ ਦੂਜਾ ਕਾਂਗਰਸ ਦਾ ਹੈਗਾ। ਹਾਂਜੀ ਹਾਂਜੀ, ਇਹ ਤਾਂ ਹੁਣ ਵੇਖੋ ਬਈ ਕੋਲੀ ਯਾਰ ਜਿਤਾ ਕੇ ਜਾਵਾਂਗੇ ਅਸੀਂ, ਪਰ ਮਾਹੌਲ ਜ਼ਿਆਦੇ ਕਾਂਗਰਸ ਦਾ ਲੱਗਦਾ ਥੋੜ੍ਹਾ ਜਿਹਾ। ਕਾਂਗਰਸ ਦਾ ਥੋੜ੍ਹਾ ਜ਼ਿਆਦਾ ਲੱਗਦਾ? ਹਾਂ, ਜ਼ਿਆਦਾ ਲੱਗਦਾ। ਅੱਛਾ, ਬੀਬੀ ਬੜਿੰਗ ਕਰੂ ਐਤਕੀ ਫਿਰ ਕੁਛ? ਹਾਂਜੀ। ਅੱਛਾ ਜੀ, ਬਸ ਇਹ ਸਾਨੂੰ ਇਹ ਮਾਹੌਲ ਲੱਗਦਾ, ਬਾਕੀ ਫਿਰ ਤੁਹਾਨੂੰ ਜਾਣੇ ਪਤਾ ਹੁੰਦਾ। ਠੀਕ ਹੈ ਜੀ, ਸ਼ੁਕਰੀਆ ਸ਼ੁਕਰੀਆ ਬਾਪੂ ਜੀ। ਬਾਈ ਤੁਹਾਡੀ ਵੀ ਵੋਟ ਇੱਥੇ ਦੀ ਹੈ? ਕੀ ਕਹਿੰਦੇ ਹੋ, ਕਿਹਦਾ ਮਾਹੌਲ ਲੱਗ ਰਿਹਾ? ਮਾਹੌਲ ਤਾਂ ਬਈ ਯਾਰ ਬਾਤ ਸਹੀ ਆ ਸਾਰਾ। ਨਹੀਂ, ਅੱਗੇ ਕੌਣ ਚੱਲ ਰਿਹਾ ਤੁਹਾਨੂੰ ਤਾਂ, ਤੁਹਾਡਾ ਤਾਂ ਪਿੰਡ ਹੀ ਬਹੁਤ ਵੱਡਾ, ਮਾਹੌਲ ਤਾਂ ਤੁਹਾਡੇ ਪਿੰਡੋ ਬਣਨਾ? ਅੱਗੇ ਤਾਂ ਯਾਰ ਡੈਂਪੀ ਦੇ ਮਨਪ੍ਰੀਤ ਆ ਬਈ, ਰਾਜਾ ਦਾ ਪਿੱਛੇ ਆ ਯਾਰ। ਅੱਛਾ, ਰਾਜਾ ਪਿੱਛੇ ਚੱਲ ਰਿਹਾ, ਤੇ ਮਨਪ੍ਰੀਤ ਦੇ ਕੀ ਵਾਅਦੇ ਵੂਦੇ ਕੋ ਕਰੇ ਨੇ ਉਹਨੇ? ਕੀ ਕਹਿੰਦਾ ਕਰਿਆ ਬਈ ਉਹ, ਉਹਨੇ ਵਾਅਦੇ, ਉਹਨੇ ਬਹੁਤ ਕੰਮ ਪਹਿਲਾਂ ਵੀ ਕਰਦਾ ਰਿਹਾ ਤੇ ਹੁਣ ਵੀ ਕਰੂਗਾ ਜੇ ਬਣ ਕੇ ਤਾਂ ਕਰੂਗਾ। ਬਹੁਤ ਵਧੀਆ ਬੰਦਾ ਯਾਰ, ਮਾਹੌਲ ਇਹ ਕਹਿੰਦਾ। ਹਾਂ, ਤੇ ਫਿਰ ਡੈਂਪੀ ਢਿੱਲੋਂ ਜਿਹੜਾ ਹੈ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਭਗਵੰਤ ਮਾਨ ਹੁਣੀ ਆਪਾਂ ਜਿਤਾ ਕੇ ਲਿਜਾਣਾ ਇਹਨੂੰ, ਤੁਹਾਡੇ ਕੰਮ ਹੀ ਫੇਰ ਹੋਣੇ ਨੇ, ਕੀ ਲੱਗਦਾ? ਯਾਰ ਵੇਖੋ ਹੁਣ ਤਾਂ ਵੇਖੋ ਵੇਖਾ ਯਾਰ। ਅੱਛਾ ਬਾਈ, ਤੁਹਾਡੀ ਹੈਗੀ ਵੋਟ ਇੱਥੇ? ਮਨਪ੍ਰੀਤ ਤਾਂ ਵੈਸੇ ਥੋੜੇ ਦਿਨ ਪਹਿਲਾਂ, ਦੋ ਤਿੰਨ ਦਿਨ ਪਹਿਲਾਂ ਵੀਡੀਓ ਵਾਇਰਲ ਹੋ ਰਹੀ ਸੀ, ਕਹਿੰਦੇ ਮੈਂ ਨੌਕਰੀਆਂ ਲਵਾ ਦੂ, ਐ ਕਰ ਦੂ, ਲੱਗਦਾ ਲਵਾ ਦੂ ਬਹੁਤ ਕੁਛ। ਹਾਂ, ਹੁਣ ਵੇਖੋ ਇਹਦਾ ਸਮਾਂ ਦੱਸੂਗਾ। ਅੱਛਾ ਜੀ, ਕੀ ਵਾਅਦੇ ਕੀਤੇ ਨੇ ਤੁਹਾਡੇ ਪਿੰਡ ਚ ਆ ਕੇ? ਕੋਈ ਵਾਅਦਾ ਬਹੁਤ ਕੀਤੇ ਆ ਬਾਈ। ਅੱਛਾ, ਬਾਕੀਆਂ ਦਾ ਕੀ ਮਾਹੌਲ ਆ ਹਨਾ? ਪਰ ਉਹ ਤਾਂ ਮੌਕੇ ਤੇ ਪਤਾ ਲੱਗਦਾ ਵੀ ਕਰਨਗੇ ਜਾਂ ਨਹੀਂ ਕਰਦੇ। ਸਹੀ ਗੱਲ ਆ, ਇਹ ਤਾਂ ਹੈ, ਇਹ ਤਾਂ ਹੈ ਬਾਈ। ਇਹ ਜ਼ਰੂਰ ਦੱਸਿਓ ਵੀ ਤੁਹਾਡੇ
ਸਾਰੇ ਆ ਰਹੇ ਨੇ, ਰਾਜਾ ਵੜਿੰਗ ਹੁਣੀ, ਅਮ੍ਰਿਤਾ ਵੜਿੰਗ, ਡਿੰਪੀ ਢਿੱਲੋਂ ਹੁਣੀ, ਕਹਿੰਦੇ ਤੁਹਾਡੇ ਪਿੰਡ ਨੇ ਨਿਰਧਾਰਤ ਕਰਨੀ ਆ ਸਿਆਸਤ ਕਿੱਧਰ ਨੂੰ ਜਾਣੀ, ਪਿੰਡ ਬਹੁਤ ਵੱਡਾ ਤੁਹਾਡਾ ਹੈ ਨਾ, ਅਤੇ ਫਿਰ ਉਸ ਹਿਸਾਬ ਦੇ ਨਾਲ ਜੇ ਪਿੰਡ ਦਾ ਦੇਖੀਏ ਤਾਂ ਪਿੰਡ 'ਚ ਜ਼ਿਆਦਾ ਕਿਹਦਾ ਮਾਹੌਲ ਹੈ? ਪਿੰਡ ਜ਼ਿਆਦਾ ਮਾਹੌਲ ਤਾਂ ਕਿਹੜਾ ਰਾਜਾ ਚੱਲ ਰਹੀ? ਅੱਛਾ ਜੀ, ਹਾਂਜੀ, ਪਰ ਤੁਹਾਡਾ ਕਹਿਣਾ ਹੈ ਵੀ ਐਤਕੀ ਜਿੱਤੂ ਮਨਪ੍ਰੀਤ? ਕਹਿਣਾ ਨਹੀਂ ਜੀ, ਭਗਵੰਤ ਮਾਨ ਹੋਣੀ ਵੀ ਜ਼ੋਰ ਲਾਈ ਜਾਂਦੇ ਨੇ, ਕਹਿੰਦੇ ਡਿੰਪੀ ਢਿੱਲੋਂ ਜਿਤਾ ਕੇ ਲਿਜਾਣਾ, ਫੇਰ ਹੀ ਕੰਮ ਹੋਣੇ ਤੁਹਾਡੇ ਏਰੀਏ ਦੇ। ਮਨਪ੍ਰੀਤ ਨੇ ਤਾਂ ਸਾਡੇ ਕੁਛ ਨਹੀਂ ਕੀਤਾ ਬਈ, ਉਹਨੇ ਤਾਂ ਕਿਹਨੇ ਜੀ, ਮਨਪ੍ਰੀਤ ਤੇਰੇ ਆਮ ਪਾਰਟੀ ਵਾਲੇ ਨੇ? ਆਮ ਆਦਮੀ, ਹਾਂ, ਬਹੁਤ ਕੁਛ ਆਉਂਦੇ ਸੀ ਪਰ ਕੁਛ ਨਹੀਂ ਹੋਇਆ। ਭਗਵੰਤ ਮਾਨ ਜਿਹੜੇ ਵਾਅਦੇ ਕਰਦਾ ਹੈ, ਜਿਹੜੇ ਕੀਤੇ ਸੀ ਪਹਿਲਾਂ, ਉਹ ਪੂਰੇ ਨਹੀਂ ਹੋਏ? ਨਹੀਂ ਹੋਏ ਬਈ, ਉਹ ਆਏ, ਉਹ ਇੱਥੋਂ ਤੱਕ ਆਏ ਵੀ ਨਹੀਂ, ਵਾਅਦੇ ਤਾਂ ਦੂਰ ਰਹਿ ਗਏ। ਠੀਕ ਹੈ, ਤੁਹਾਡੇ ਪਿੰਡੋਂ ਨਰਿੰਦਰ ਕੌਣੀ ਹੈ, ਉਹਨੇ ਵੀ ਨਹੀਂ ਸੁਣੀ ਕਦੀ ਤੁਹਾਡੇ? ਸੁਣੀ ਹੈ ਜੀ, ਸੁਣਦਾ, ਸਭ ਦੀ ਸੁਣਦਾ, ਜੋ ਨਿੰਦਰਾਂ ਦਾ ਉਹ ਵਾਅਦੇ ਵੀ ਹੁੰਦੇ ਆ ਪੂਰੇ। ਅੱਛਾ, ਜੋ ਵਿਕਾਸ ਭਗਵੰਤ ਮਾਨ ਦੀ ਪਾਰਟੀ ਦਾ ਹੀ ਆ? ਅੱਛਾ, ਤੇ ਉਹ ਤਾਂ ਆਮ ਆਦਮੀ ਪਾਰਟੀ ਦਾ ਹੀ ਆ ਫਿਰ? ਪਾਰਟੀ ਤਾਂ ਖਰੋ ਹੁਣ ਉਹਨਾਂ ਦੀ ਮਰਜ਼ੀ ਆ ਨਾ, ਜਿਵੇਂ ਚੇਂਜ ਕਰ ਲਈ ਉਹ ਉਹਨਾਂ ਦੀ ਇੱਛਾ, ਪਰ ਇਦੋਂ ਪਹਿਲਾਂ ਜਿੱਥੇ ਵੀ ਉਹ ਸੀਗੇ ਜਾਂ ਜਿੰਨਾ ਕੀਤਾ ਉਹਨਾਂ ਨੇ ਕੀਤਾ। ਕੀ ਲੱਗਦਾ ਮਾਹੌਲ ਜੀ ਵੋਟਾਂ ਦਾ? ਵੋਟਾਂ ਤਾਂ ਯਾਰ ਹੁਣ ਸਾਰੇ ਚੱਲੀ ਜਾਂਦਾ, ਮਨਪ੍ਰੀਤ ਵੀ ਦਾ ਤੇ ਮਾੜਾ ਜਿਹਾ ਹੈਗਾ, ਵਾਹ ਵਾਹ ਦਾ ਬੋਲਬਾਲਾ। ਅੱਛਾ, ਤੁਸੀਂ ਕੀ ਦਾ ਵੀ ਹੈਗਾ, ਤੁਹਾਨੂੰ ਕੀ ਲੱਗਦਾ? ਸਾਨੂੰ ਤਾਂ ਵੀ ਰਾਜੇ ਦਾ ਚਾਂਸ ਹੈ। ਅੱਛਾ, ਰਾਜੇ ਦਾ, ਜਦੋਂ ਰਾਜੇ ਨੂੰ ਵੋਟਾਂ ਪਾਉਣੀਆਂ ਰਾਜੇ ਦੀ ਅਕੜ ਸੀ, ਅਸੀਂ ਤਾਂ ਵੀ ਉਸੇ ਦੀ ਬਾਤ ਕਰਨੀ ਹੈ। ਜਿਹੜਾ ਸਰਕਾਰ ਜ਼ੋਰ ਲਾਈ ਜਾਂਦੀ, ਭਗਵੰਤ ਮਾਨ ਹੁਣੀ ਕਹਿੰਦੇ ਵੀ ਅਸੀਂ ਜਿੱਤ, 15 ਹੁਣ ਦਾ ਦਾਣੇ ਤਾਂ ਬੰਦ ਕਰਤੇ ਉਹਨੇ, ਗਰੀ ਤਾਂ ਭੁੱਖੇ ਮਾਰਤੇ ਉਹਨੇ, 3 ਸਾਲ ਹੋ ਗਏ 10 ਰੁਪਿਆ ਲਾਇਆ ਕਿਤੇ ਉਹਨੇ, ਮੈਂ ਪਿੰਡਾਂ ਦੇ ਵਿੱਚ 10, ਇੱਕ ਗਰਾਡ ਨਹੀਂ ਦਿੱਤੀ ਜੀ। ਠੀਕ ਹੈ, ਗਰੀਬਾਂ ਦੇ ਕਣਕ ਦਿਓ ਤੁਸੀਂ, ਐਂ ਤਾਂ ਕਹਿ ਸਕਦੇ ਤੁਸੀਂ, ਮੈਂ ਕਿਹਾ ਸਾਡੇ ਮੁੱਲ ਲਾ ਦੇ ਤੁਸੀਂ, ਐਂ ਤੁਸੀਂ ਕਹਿ ਸਕਦੇ ਵੀ ਹੁਣ ਕਣਕ ਦਿਓ ਗਰੀਬਾਂ, ਜਿਹੜੀ ਵੀ ਗੱਲ ਹੈ ਸਾਡੇ ਸਾਰੇ ਸਾਡੇ ਮੁੱਲ ਤਾਂ ਮੈਂ ਲਾ ਦੇ, ਉਹਨੂੰ ਵੀ ਆਖ ਸਕਦੇ ਅਸੀਂ ਗਰੀਬਾਂ ਦੇ ਕਣਕ ਦੇ ਬਈ ਯਾਰ। ਚਲੋ ਉਹਨਾਂ ਤਾਂ ਬਾਈ ਸਾਰਿਆਂ ਨੇ ਫਰਕ ਨਹੀਂ, ਰਾਜੇ ਦੇ ਆਸ਼ਕਾ ਭਰਾਵਾ, ਰਾਜੇ ਦੇ ਆਸ਼ਕਾ, ਬਾਈ ਹੁਣੀ ਹੋਰ ਆ ਗਏ ਬਾਈ, ਕੀ ਲੱਗਦਾ ਕਿਹਦਾ ਮਾਹੌਲ ਹੈ ਐਤਕੀ ਫਿਰ ਤੁਹਾਡੇ ਇੱਥੇ? ਕਿਵੇਂ ਬਾਈ, ਕੀ ਮਾਹੌਲ ਹੈ, ਕੌਣ ਅੱਗੇ ਜਾਂਦਾ ਲੱਗਦਾ? ਮਾਹੌਲ ਅੱਗੇ ਸਭ ਦੋਨੇ ਆ, ਮਨਪ੍ਰੀਤ ਬਾਦਲ ਤੇ ਉਹ ਡੈਂਪੀ ਢਿੱਲੋਂ। ਅੱਛਾ, ਹਾਂ, ਦੋਨਾਂ ਦਾ ਬਾਜੀ ਕੌਣ ਮਾਰੂਗਾ? ਬਾਜੀ ਤਾਂ ਡੈਂਪੀ ਮਾਰੂਗਾ, ਡੈਂਪੀ ਮਾਰੂਗਾ ਬਾਜੀ। ਅੱਛਾ, ਲੱਗਦਾ ਮਾਹੌਲ ਹੈ, ਇੱਧਰ ਸਾਰੇ ਕੁਝ ਹੋਰ ਹੀ ਕਹੀ ਜਾਂਦੇ ਆ, ਉਹ ਕਹਿਣਗੇ ਤਾਂ ਕਹਿਣਗੇ, ਉਹ ਝਾੜੂ ਬਾਈ ਫੇਰੂਗਾ। ਕਿਉਂ ਲੱਗਦਾ ਡੈਂਪੀ ਜਿੱਤੂਗਾ, ਕੀ ਕਾਰਨ ਬਾਈ? ਭਗਵੰਤ ਮਾਨ ਨੇ ਕਹਿਤਾ ਉਹ ਕਰੂਗਾ ਸਾਰਾ ਹੱਲ। ਭਗਵੰਤ ਮਾਨ ਨੇ ਤਾਂ ਵਾਅਦੇ ਵੀ ਬਹੁਤ ਕੀਤੇ ਸੀ, ਕਹਿੰਦੇ ਪੂਰੇ ਨਹੀਂ ਹੋਏ, ਉਹ ਪੂਰੇ ਕੀਤੇ ਨਹੀਂ ਉਹਨੇ, ਨਹੀਂ ਕੀਤੇ, ਬਹੁਤ ਨਹੀਂ ਕੀਤਾ ਉਹਨੇ। ਫਿਰ ਡੈਂਪੀ ਕਿੱਦਾਂ ਜਿੱਤ ਜੂ? ਡੈਂਪੀ ਦਾ ਫਿਰ ਹੁਣ ਸਪੋਰਟ ਕਰੂਗਾ ਨਾ, ਝਾੜੂ ਕਰੂਗਾ। ਅੱਛਾ, ਭਗਵੰਤ ਮਾਨ ਹੀ ਕਰੂਗਾ, ਤੇ ਜਿਹੜਾ ਵਾਅਦੇ ਕਰ ਰਿਹਾ ਭਗਵੰਤ ਮਾਨ ਇੱਥੇ ਆ ਕੇ, ਲੱਗਦਾ ਉਹ ਪੂਰੇ ਹੋਣਗੇ ਜਿੱਦਾਂ ਬਾਈ ਹੁਣੀ ਕਹਿੰਦੇ? ਨਹੀਂ ਹੁੰਦੇ ਬਾਈ, ਡੱਕਾ ਨਹੀਂ ਹੁੰਦਾ, ਫਿਰ ਵੀ ਡੈਂਪੀ ਜਿੱਤੂਗਾ। ਹਾਂ, ਗੱਲ ਤੁਹਾਡੀ ਬਿਲਕੁਲ ਉੱਥੇ ਜਾ ਕੇ ਮੁੱਕਦੀ ਆ ਵੀ ਕੰਮ ਜਿੱਤਣਾ ਉਹਨੇ ਹੀ ਆ, ਕੰਮ ਨਹੀਂ ਹੋਣੇ ਨਾਲ ਲੱਗਦਾ, ਪਹਿਲਾਂ ਹੀ ਦੱਸੀ ਜਾਂਦਾ। ਹਾਂ, ਕਿਉਂ ਨਹੀਂ ਹੋਣੇ ਕੰਮ? ਕੰਮ ਹੋਣੇ ਨਹੀਂ, ਭਗਵੰਤ ਮਾਨ ਨੇ ਕੀਤਾ, ਕੁਛ ਨਹੀਂ ਕੀਤਾ। ਅੱਛਾ, ਹਾਂ, ਡੈਂਪੀ ਦੇ, ਡੈਂਪੀ ਦਾ ਤੇ ਇਹਦਾ ਮੁਕਾਬਲਾ ਮਨਪ੍ਰੀਤ ਬਾਦਲ ਦਾ। ਕੀ ਲੱਗਦਾ ਜੀ ਬਾਪੂ ਜੀ ਮਾਹੌਲ ਫਿਰ ਇੱਥੇ ਤੁਹਾਡੇ ਵੋਟਾਂ ਦਾ, ਕਿੱਦਾਂ ਗੇੜੇ ਵੱਜ ਰਹੇ? ਇੱਕੋ ਜਿਹਾ ਲੱਗਦਾ ਜੀ, ਇੱਕੋ ਜਿਹਾ, ਤਿੰਨਾਂ ਦਾ। ਅੱਛਾ, ਤਿੰਨ ਤਿੰਨ ਕੌਣ? ਤਿੰਨ ਪੱਕ, ਮਨਪ੍ਰੀਤ ਹੈ, ਡੈਂਪੀ ਹੈ, ਰਾਜਾ, ਤਿੰਨਾਂ ਦੀ ਇੱਕੋ ਹੀ ਟੱਕਰ ਹੈ। ਅੱਛਾ ਜੀ, ਤੇ ਤਿੰਨ ਨੇ ਫਿਰ ਸਰਕਾਰ ਵਾਲੇ ਆਪਣਾ ਜ਼ੋਰ ਲਾਈ ਜਾਂਦੇ ਨੇ ਵੀ ਭਾਈ ਸਾਡੇ ਵਾਲਾ ਡੈਂਪੀ ਜਿੱਤ ਜੇ,
ਤੇ ਮਨਪ੍ਰੀਤ ਬਾਦਲ ਵੀ ਜ਼ੋਰ ਲਾਈ ਜਾਂਦਾ, ਉਹ ਤਾਂ ਕਹਿੰਦੇ ਦਿੱਲੀਓਂ ਜਾ ਕੇ ਮੈਂ ਲੈ ਵੀ ਆਇਆ ਨੌਕਰੀਆਂ ਨੁਕਰੀਆਂ ਵਾਲਾ ਸਾਰਾ ਕੁਛ ਤੁਹਾਡੇ ਲਈ। ਮਨਪ੍ਰੀਤ ਕਹਿੰਦਾ, ਮਨਪ੍ਰੀਤ ਕਹਿੰਦਾ ਤਾਂ ਫਿਰ ਜੇ ਜਦੋਂ ਲਿਆ ਕੇ ਦੇਊਗਾ ਤਾਂ ਉਹਨੂੰ ਵੋਟਾਂ ਉਹਨੂੰ ਵੀ ਪੈਣਗੀਆਂ, ਤਾਂ ਹੀ ਪਾਉਣਾ ਬਰੋਬਰ ਵੋਟ। ਭਾਜਪਾ ਨੂੰ ਵੋਟ ਅੱਗੇ ਪੈਂਦੀ ਨਹੀਂ ਸੀ, ਐਲਗੀ ਵੋਟ ਜ਼ਿਆਦਾ ਪਊਗੀ। ਪਊਗੀ ਭਾਜਪਾ ਨੂੰ? ਹਾਂ ਲੱਗਦਾ ਤੁਹਾਨੂੰ ਭਾਜਪਾ ਨੂੰ ਵੋਟ ਮਨਪ੍ਰੀਤ ਨੂੰ ਜ਼ਿਆਦਾ ਪਊਗੀ? ਇੰਨੀ ਕੁ ਜ਼ਿਆਦਾ ਪੈ ਜੂਗੀ ਜਿੱਤ ਸਕਦੇ? ਹਰ ਜੂਗਾ ਤਾਂ ਨੇੜੇ ਜਾ ਵੜੂਗਾ। ਕਾਂਗਰਸੀਆਂ ਦਾ ਕੀ ਮਾਹੌਲ ਹੈ? ਕਿਉਂਕਿ ਪਹਿਲਾਂ ਰਾਜਾ ਵੜਿੰਗ ਇੱਥੋਂ ਉਦੋਂ ਜਿੱਤਿਆ ਜਦੋਂ ਪੂਰੀ ਹਨੇਰੀ ਸੀ ਪੰਜਾਬ 'ਚ ਆਮ ਆਦਮੀ ਵਾਲਿਆਂ ਦੀ। ਭਗਵੰਤ ਜੀ ਮੰਨਦੇ ਆ ਇਹਨੂੰ ਵੋਟ ਪੈਂਦੀ ਆ, ਪੈਂਦੀ ਸੀਗੀ ਜਦੋਂ ਹੁਣ ਕੰਮ ਹੋਏ ਨੀ ਲੋਕਾਂ ਦੇ, ਜਦੋਂ ਅੱਗੋਂ ਕੰਮ ਨਹੀਂ ਹੋਏ, ਪੂਰੇ ਕੰਮ ਨਹੀਂ ਮਿਲੇ, ਜਾਇਜ਼ ਕੰਮ ਨਹੀਂ ਹੋਏ, ਕੰਮ ਦੇ ਵਿੱਚ ਵਿਤਕਰੇ ਹੋਏ ਆ, ਤਾਂ ਉਹ ਕੀ ਕਰਨਾ? ਲੋਕ ਤੰਗ ਆ ਇਹਨਾਂ ਚੀਜ਼ਾਂ ਦੇ। ਹਾਂ ਕਿੱਦਾਂ ਦਾ ਵਿਤਕਰਾ ਕਰਦੇ ਸੀ? ਵਿਤਕਰੇ ਹੋਏ ਆ ਜਿਵੇਂ ਕਿਸੇ ਦਾ ਮਿਤੇ ਨੂੰ ਲਾਲਚ ਦਿੱਤਾ ਵੀ ਆਹ ਤੂੰ ਲੈਲਾ ਚੈੱਕ ਤੈਨੂੰ ਮਤਲਬ ਕੋਠਾ ਪਾਵਾਂਗੇ, ਬਾਅਦ 'ਚ ਫੜ ਕੇ ਲੈ ਗਏ ਉਹਨੂੰ, ਤੋਂ ਉਹਨਾਂ ਦਾ ਮਕਾਨ ਨਹੀਂ ਪਿਆ ਜਾਂ ਨਰੇਗਾ ਦਾ ਕੰਮ ਨਹੀਂ ਚੱਲਿਆ, ਇਹ ਵਿਤਕਰਾ ਹੀ ਹੋਰ ਕੀ ਹੈ? ਨਰੇਗਾ ਦਾ 200 ਕੰਮ ਦਿਨ ਹੈ, 200 ਦਿਨ ਨਰੇਗਾ ਦਾ, ਅਤੇ 12-12 ਦਿਨ ਹੀ ਲੱਗੇ, 18-18 ਦਿਨ ਕਈ ਬੰਦੇ ਦੇ, ਆਪਾਂ ਤਾਂ ਬੈਠੇ ਸਾਰਾ ਦਾ ਪਛਲਾ, ਅੱਛਾ ਤਿੰਨਾਂ ਮਤਲਬ ਪਛਲਾ 18-18 ਦਿਨ ਸਾਲ ਦੇ ਮਿਲੇ ਆ, ਅਤੇ ਸਾਡਾ ਕੰਮ ਗਰੀਬ ਦਾ ਤਾਂ ਨਰੇਗਾ ਹੀ ਆ, ਹੋਰ ਕੋਈ ਨਹੀਂ ਕੰਮ। ਹਾਂ ਕੰਮ ਸਾਨੂੰ ਗਰੀਬ ਨੂੰ ਤਾਂ ਫਿਰ ਨਰੇਗਾ ਹੀ ਮਿਲਣੀ ਨਾ, ਹੋਰ ਕੰਮ ਹੈ ਨਹੀਂ ਸਾਡੇ ਕੋਲ ਕੋਈ। ਸਹੀ ਗੱਲ, ਜੇ ਨਰੇਗਾ ਵੀ ਸਾਡੀ ਮਿਲੀ ਤਾਂ 18 ਦਿਨ ਮਿਲੇ ਤਾਂ ਫਿਰ ਉਹ 'ਚ ਕੀ ਕਰਾਂਗੇ? ਅਤੇ ਫਿਰ ਕੀ ਲੱਗਦਾ ਡੈਂਪੀ ਢਿੱਲੋਂ ਇੱਥੋਂ ਕਿੱਥੇ ਕੁ ਤੱਕ ਜਾਊਗਾ? ਹਾਂ ਡੈਂਪੀ ਦਾ ਮੁਕਾਬਲਾ ਹੈਗਾ ਪੂਰਾ, ਡੈਂਪੀ ਦੀ ਆਵਾਜ਼ ਵੀ ਚੰਗੀ ਦੱਸਦੇ ਹੋ, ਝਾੜੂ ਵਾਲਾ ਵੀ ਨਵਾਂ ਖੂਹ ਪਾਲਿਆ ਸੀਗਾ, ਪਰ ਕਿੱਦਾਂ ਦਾ ਰਿਹਾ ਉਹ ਖੂਹ ਦਾ ਪਾਣੀ? ਮਿੱਠਾ ਸੀ ਕਿੱਦਾਂ? ਇੰਨਾ ਵੀ ਲੋਕਾਂ ਨੂੰ ਮਤਲਬ ਵੀ ਤੰਗ ਨੀ ਕੀਤਾ ਇਹਨਾਂ ਨੇ, ਜਿਹੜੀ ਗੱਲ ਹੈ ਜਿਹੜੀ ਕਿਸੇ ਨੂੰ ਤਕਲੀਫ ਨਹੀਂ ਆਈ, ਜਿਹੜਾ ਕਿਸੇ ਨੂੰ ਨਜਾਇਜ਼ ਥਾਣੇ ਨਹੀਂ ਫੜਾਇਆ, ਨਜਾਇਜ਼ ਪੁਲਿਸ ਨਹੀਂ ਆਈ, ਉਹਦੇ 'ਚ ਵਧੀਆ ਰਹੇ ਆ। ਠੀਕ ਹੈ ਜੀ, ਬਜ਼ੁਰਗੋ ਕੀ ਕਹਿੰਦੇ ਹੋ ਫਿਰ? ਬਾਪੂ ਇੰਦਰ ਗੱਲ ਨਾਲ ਸਹਿਮਤ ਹੋ ਇਹਨਾਂ ਦੀ? ਜਮਾਂ ਠੀਕ ਹੈ ਜੀ। ਕੀ ਕਹਿੰਦੇ ਡੈਂਪੀ ਦੀ ਹਵਾ ਕੀ ਕਹਿੰਦੀ ਹੈ? ਬਈ ਆਪਾਂ ਨੂੰ ਤਾਂ ਨਾ ਹੀ ਆਪਾਂ ਤੁਰੀ ਬਿਲੀ ਦਾ ਨਾ ਹੀ ਆਪਾਂ ਨੂੰ ਵੋਟ ਤਾਂ ਪਾਵਾਂਗੇ, ਵੋਟ ਪਾਵਾਂਗੇ ਜੀ। ਉਹ ਤਾਂ ਇਹ ਜ਼ਰੂਰ ਦੱਸੋ ਵੀ ਮੁੱਦਿਆਂ ਦੀ ਗੱਲ ਕਰ ਰਹੇ ਹਾਂ, ਜਿੱਦਾਂ ਤੁਹਾਡੇ ਪਿੰਡ 'ਚ ਕੌਣੀ 'ਚ ਖੜੇ ਹਾਂ, ਕੋਈ ਆ ਕੇ ਇਹ ਕਹਿੰਦਾ ਵੀ ਕੌਣੀ ਦੀਆਂ ਆਹ ਸਮੱਸਿਆਵਾਂ ਆ ਕਿ ਲੋਕ ਇੱਕ ਦੂਸਰੇ ਨੂੰ ਭੰਡੀ ਜਾਂਦੇ ਵੀ ਉਹ ਮਾੜਾ ਇਹ ਮਾੜਾ ਇੱਦਾਂ ਹੀ ਕਰੀ ਜਾਂਦੇ, ਲੋਕੀ ਭੰਡੀ ਜਾਂਦੇ ਗੱਲ ਮੁੱਦਿਆਂ ਦੀ ਕੋਈ ਕਰ ਰਿਹਾ ਵੀ ਆਹ ਮੁੱਦੇ ਨੇ ਇੱਥੇ ਤੁਹਾਡੇ ਪਿੰਡ ਦੇ ਜਾਂ ਤੁਹਾਡੇ ਹਲਕੇ ਦੇ ਕਿ ਬਸ ਇੱਕ ਦੂਸਰੇ ਦੇ ਦੁਆਲੇ ਹੋਏ ਆ, ਆਓ ਇੱਦਾਂ ਆਹ ਇੱਦਾਂ? ਨਹੀਂ ਜੀ, ਮੁੱਦਾ ਨੂੰ ਸਾਨੂੰ ਜਿਹੜਾ ਗਰੀਬ ਬੰਦਾ ਨਾ ਉਹਨੂੰ ਅਧਿਕਾਰ ਚਾਹੀਦਾ ਹੁੰਦਾ ਹੈ, ਜਿਹੜਾ ਸਭ ਤੋਂ ਵੱਡਾ ਮੁੱਦਾ ਤਾਂ ਉਹ ਮੁੱਦਾ ਸਭ ਤੋਂ ਸਾਡੇ ਕੋਲ ਰੋਜ਼ੀ ਰੋਟੀ ਉਹ ਹੈ, ਜਦੋਂ ਸਾਨੂੰ ਸਰਕਾਰ ਨੇ 200 ਦਿਨ ਦਿੱਤਾ, 100 ਦਿਨ ਉਹ 100 ਰੱਖ ਲਾ, 100 ਦਿਨ ਦਿੱਤਾ, 200 ਵੱਲ ਵਾਅਦਾ ਵੀ ਕਰਦੇ ਫਿਰਦੇ ਰਹਿੰਦੇ ਆ, ਅਤੇ 100 ਦੇ ਵਿੱਚ ਮਿਲੇ 18 ਦਿਨ, ਅਤੇ ਫਿਰ 90 ਕਿੱਧਰ ਗਏ, 80 ਕਿੱਧਰ ਗਏ? ਸਹੀ ਗੱਲ। ਇਹ ਤਾਂ ਵੈਸੇ ਜੇ ਤੁਸੀਂ ਦੇਖਦੇ ਹੋਵੋ ਇਹਦੇ ਲਈ ਤਾਂ ਫੰਡ ਵੀ ਉਹਨਾਂ ਨੇ ਸਿਰਫ 25% ਹੀ ਰੱਖਿਆ, 100% ਜਿਹੜਾ ਵਰਤ ਹੋਣਾ ਉਹ 'ਚੋਂ 25% ਰੱਖਿਆ, ਫਿਰ 100 ਤੋਂ 25 ਦਿਨ ਹੀ ਬਣੇ ਨਾ ਵਿੱਚ। ਸਾਡੀਆਂ ਕਾਪੀਆਂ ਅਸੀਂ ਵਿਖਾ ਦਿੰਦੇ ਹਾਂ, ਦੂਜੇ ਨਰੇਗਾ ਵਾਲੇ ਕਾਰਡ ਵਿਖਾ ਦਿੰਦੇ ਹਾਂ, 18-18 ਦਿਨ ਹੀ ਆਏ ਹੈ। ਠੀਕ ਹੈ ਜੀ, ਤੈਨੂੰ ਕਾਰਡ ਹੀ ਵਿਖਾ ਦਿੰਦੇ ਹਾਂ, 18 ਦਿਨ ਲਿਖੇ ਹੋਣਗੇ। ਤੁਸੀਂ ਕੀ ਕਹੋਗੇ ਜੀ, ਕੀ ਲੱਗਦਾ ਵੋਟਾਂ ਦਾ? ਚੰਗਾ ਹੀ ਆ ਜਿਹੜਾ ਦਿੰਦੇ, ਇੱਕੋ ਜਿਹੀ ਆ, ਇੱਕੋ ਜਿਹੀ ਆ, ਲੱਗਦੀ ਨਹੀਂ ਕਿਸੇ ਦੀ ਜ਼ਿਆਦਾ ਹਵਾ? ਨਾ ਨਾ। ਤੁਸੀਂ ਬਾਈ ਕੀ ਕਹਿੰਦੇ ਹੋ? ਵਧੀਆ ਬਸ, ਸਾਰਿਆਂ ਨਾਲ ਸਹਿਮਤ ਆਪਾਂ ਤਾਂ। ਉਦਾਂ ਕੰਮ ਕੁੰਮ ਕਰਾਉਣ ਲਈ ਕੌਣ ਕੰਮ ਆਉਂਦਾ ਅੱਗੇ ਆਉਂਦਾ? ਕੰਮ ਵੀਰੇ ਮੇਰੇ ਤਾਂ ਕੋਈ ਵੀ ਨਹੀਂ ਆਇਆ, ਮੇਰੇ ਤਾਂ ਸਿਰ 'ਤੇ ਸੱਤ ਵੀ ਨਹੀਂ ਰਹਿਣ ਵਾਸਤੇ।
ਕਮਰੇ ਦੀ ਮੰਗ ਆਈ ਸੀ ਮੇਰੇ ਦੀ, ਠੀਕ ਆ, ਭਰੇ ਸੀ ਪੇਪਰ ਤੁਸੀਂ? ਭਰੇ ਸੀ ਫਾਰਮ, ਭਰੇ ਸੀਗੇ, 8 ਨੰਬਰ 'ਤੇ ਮੇਰਾ ਕਮਰਾ ਆਇਆ ਸੀਗਾ, ਅਤੇ ਮੈਨੂੰ ਦੁੱਧਰ ਦਾ ਚਿੱਟਾ ਦਬਾ ਦਿੱਤਾ ਸੀਗਾ ਵੀ ਤੇਰਾ ਕਮਰਾ ਤਾਂ ਆਇਆ ਹੀ ਨਹੀਂ, ਮੇਰੇ ਸ਼ਹਿਰ 'ਤੇ ਸੱਤ ਵੀ ਨਹੀਂ ਰਹਿਣਾ, ਅਤੇ ਘਰ ਮੇਰਾ ਹੁਣ ਵੀ ਵੇਖ ਸਕਦੇ ਹਾਂ ਕਿ ਕੁਛ ਵੀ ਨਹੀਂ ਗਾ ਮੇਰੇ ਕੋਲ। ਜਨਾਨੀ ਮੇਰੀ ਪੇਕੀ ਬੈਠੀ ਆ ਉਹਦੇ ਬੱਚਾ ਲੈ ਕੇ, ਉਹਨਾਂ ਦੀ ਜਦੋਂ ਘਰ ਪਾਲੇਗਾ ਮੈਂ ਘਰ ਆ ਜਾਊਂਗੀ, ਮੇਰੀਆਂ ਤਾਂ 2 ਵੋਟਾਂ ਵੀ ਖਰਾਬ ਹੋਈ ਜਾਂਦੀਆਂ। ਨਾ ਮੇਰਾ ਬੀਰਬਲ ਸਿੰਘ ਆ, ਪਿੰਡ ਮੇਰਾ ਕੋਣੀ ਆਹੀ ਆ, ਠੀਕ ਆ, ਆਪਾਂ ਦਿਲੋਂ ਆਵਾਜ਼ ਆਉਣੇ ਆ ਜਮਾਂ ਦਿਲੋਂ। ਕਿਹਨੇ ਤੁਹਾਨੂੰ ਕੋਰੀ ਨਾ ਕਿਹਨੇ ਕੀਤੀ, ਕਿਸੇ ਅਫਸਰ ਨੇ ਜਾਂ ਸਿਆਸਤਦਾਨ ਨੇ ਜਾਂ MLA ਨੇ, ਕਿਹਨੇ ਕਿਹਾ ਤੁਹਾਨੂੰ? ਸਾਡੇ ਪਿੰਡ ਦੇ ਆਪਦੇ ਬੰਦੇ ਸੀਗੇ ਜਿਹੜੇ ਆਉਂਦੇ ਵੀ ਤੇਰਾ ਕਮਰਾ ਆਇਆ ਤੈਨੂੰ ਨਹੀਂ ਮਿਲ ਸਕਦਾ। ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਾ ਸਰਪੰਚ ਨੇ ਗਿਆ ਸੀ। ਅੱਛਾ, ਸਾਨੂੰ ਆਉਣਾ ਵੀ ਤੁਹਾਡੀ ਗਲੀ ਬਣਾ ਦਿੰਦੇ। ਮੈਂ ਕਿਹਾ ਵੀ ਗਲੀ ਤਾਂ ਸਾਡੀ ਸਾਰਿਆਂ ਦੀ ਸਾਂਝੀ ਹੈ, ਠੀਕ ਆ, ਮੈਂ ਕਿਹੜਾ ਗਲੀ 'ਚ ਰਹਿਣਾ, ਮੈਂ ਤਾਂ ਘਰੇ ਰਹਿਣਾ ਉਹਦੇ, ਜਿੱਥੇ ਮੇਰੀ ਟੱਬਰ ਨੇ ਰਹਿਣਾ, ਮੇਰੇ ਨਾਲ ਮੇਰੇ ਬੱਚੇ ਰਹਿਣਾ। ਐਤਕੀ ਫਿਰ ਹੁਣ ਦਓਗੇ ਜਵਾਬ ਜਦੋਂ ਵੋਟ ਮੰਗਣ ਆਉਣਗੇ ਹੱਥ ਜੋੜ ਕੇ? ਦੇ ਤਾ ਜਵਾਬ ਤਾਂ ਦੇ ਤਾ ਸਾਡੇ, ਅਸੀਂ ਤਾਂ ਜਿਹਦੇ ਮਗਰ ਖੜੇ ਉਹਦੇ ਮਗਰ ਪਹਿਲਾਂ ਤੋਂ ਖੜੇ ਹਾਂ। ਮੇਰੀ 46 ਸਾਲ ਦੀ ਉਮਰ ਹੋ ਗਈ, ਮੈਂ ਜਹੇਦਾਰ ਨਵਤੇਜ ਸਿੰਘ ਨਾਲ ਪਹਿਲਾਂ ਤੋਂ ਸੀਗਾ, ਅੱਜ ਵੀ ਆਪਦੇ ਨਾਲ ਹਾਂ। ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ? ਉਹ ਰੱਖਦੇ ਆ ਮੋਦੀ ਵਾਲੀ ਪਾਰਟੀ ਨਾਲ। ਅੱਛਾ, ਪਹਿਲਾਂ ਅਕਾਲੀ ਪਾਰਟੀ ਸੀ ਤੱਕੜੀ ਵਾਲਿਆਂ ਨਾਲ, ਉੱਧਰ ਵੀ ਆਪਾਂ ਨਾਅਰੇਬਾਜ਼ੀ ਫੁੱਲ ਕਰਦੇ ਸੀ, ਵਰਕਰ ਵੀ ਉਹਨਾਂ ਦੇ ਆਪਾਂ, ਠੀਕ ਆ, ਅੱਜ ਵੀ ਉਹਨਾਂ ਦੇ ਨਾਲ ਹੀ ਆਪਾਂ, ਭਾਵਾਂ ਛੱਡਣ ਭਾਵਾਂ ਮਾਰਨ। ਸਹੀ ਹੈ, ਸ਼ੁਕਰੀਆ। ਤੁਸੀਂ ਕੀ ਕਹਿੰਦੇ ਹੋ ਜਨਾਬ, ਵੋਟਾਂ ਦਾ ਕੀ ਮਾਹੌਲ ਹੈ ਤੁਹਾਡੇ? ਪਾਉਣੀਆਂ ਨਹੀਂ ਪਾਉਣੀਆਂ? ਕਾਹਦੇ ਜੀ? ਕੋਈ ਕਰਦਾ ਜੀ, ਕੋਈ ਕੁਛ ਨਹੀਂ ਸਾਡਾ। ਕੀ ਕਹਿੰਦੇ ਨੇ? ਕੰਮ ਹੀ ਨਹੀਂ ਕਰਦਾ ਕੋਈ। ਅੱਛਾ ਜੀ, ਨਹੀਂ ਜਦੋਂ ਤੁਸੀਂ ਕੰਮ ਕਹਿੰਦੇ ਹੋ ਮੋਰੇ ਕੋਈ ਜਵਾਬ ਤਾਂ ਆਉਂਦਾ ਹੋਊ, ਉਹੀ ਪੁੱਛ ਰਿਹਾ ਮੈਂ ਕੀ ਕਹਿੰਦੇ। ਉਹ ਸਾਡੇ ਕਰਦੇ ਨਹੀਂ ਭਰਾ, ਉਹ ਖਤਮ ਆ ਬਾਬਾ ਰੇ ਗੱਲਾਂ, ਨਹੀਂ ਕਰਨਾ ਕੁਛ ਸੀ। ਅੱਛਾ ਜੀ, ਨਾ ਪਾਉਣੀਆਂ ਕਿਸੇ, ਨਾ ਕਰਨਾ ਕੁਛ, ਕੁਛ ਨਹੀਂ ਕਰਨਾ। ਉੱਦਾਂ ਆਉਂਦੇ ਤੁਹਾਡੇ ਪਿੰਡਾਂ 'ਚ ਵੋਟਾਂ ਵੋਟਾਂ ਮੰਗਣ ਤਾਂ ਆਉਂਦੇ? ਅੱਛਾ ਜੀ, ਠੀਕ ਆ। ਬਾਲੇ ਅੱਕੇ ਜਾਂ ਖਫਾ ਨੇ ਲੋਕ? ਮੁੱਦਾ ਇਸ ਬੰਦੇ ਦਾ ਵੀ ਕੋਠੇ ਦਾ ਮੁੱਦਾ, ਇਹਦਾ ਵੀ ਕੋਠੇ ਦਾ ਮੁੱਦਾ। ਅੱਛਾ ਜੀ, ਇਹਨਾਂ ਨੂੰ ਸਾਰਿਆਂ ਦੇ ਲੰਬਰ ਲੁੰਬਰ ਆਏ ਆ, ਕਿਸੇ ਨੂੰ ਨਹੀਂ ਮਿਲੇ, 400 ਕੋਠਾ। ਸਰਪੰਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜਿਹੜਾ ਮਨਾ ਕਰੀ ਜਾਂਦਾ ਸਾਰਿਆਂ ਨੂੰ ਵੀ, ਆਇਆ ਤੇ ਵੀ ਮਨਾ ਕਰੀ ਜਾਂਦਾ ਵੀ ਨਹੀਂ? ਸਰਪੰਚ ਦਾ ਨਹੀਂ, ਅਸੀਂ ਕਹਿੰਦੇ ਮਨਾ ਕੀਤਾ ਜਦੋਂ ਸਾਨੂੰ, ਅਸੀਂ ਸਰਪੰਚ ਬਾਰੇ ਨਹੀਂ ਕਹਿੰਦੇ। ਅੱਛਾ ਜੀ, ਸਾਨੂੰ ਤਾਂ ਜਦੋਂ ਕਹਿੰਦੇ ਤੁਹਾਡਾ ਕੋਠਾ ਇਹਨੂੰ ਫੜਾਤਾ, ਇਸ ਬੰਦੇ ਦਾ ਆ ਗਿਆ ਖਾਤਾ ਲੰਬਰ, ਅਤੇ ਉਹਦਾ ਵਾਪਸ ਲੈ ਕੇ, ਅਤੇ ਫਿਰ ਉਹਦਾ ਕੀ ਹੋਇਆ ਸੀ ਕਿ ਅਸੀਂ ਕਿਸੇ ਕਿਸੇ ਨੂੰ ਨਹੀਂ ਕਹਿੰਦੇ, ਉਹ ਤਾਂ ਵੇਖਣਾ ਚਾਹੀਦਾ ਸਰਕਾਰ ਕਿਹਦੀ ਸੀਗੀ, ਕੋਠ ਕਿਹਦੀ ਸਰਕਾਰ 'ਚ ਪਏ, ਉਹ ਆਪੇ ਦੱਸ ਦੇਣਗੇ। ਹਰੇਕ ਪਿੰਡ ਦੇ ਹਰੇਕ ਬੰਦੇ ਦੇ ਆਪਣੇ ਆਪਣੇ ਕਿਸਮ ਦੇ ਮੁੱਦੇ ਨੇ, ਉਹਦੇ ਮੁੱਦਿਆਂ ਦੇ ਆਧਾਰ ਤੇ ਉਹਨੇ ਇਹ ਸੋਚਣਾ ਵੀ ਵੋਟ ਕਿਸੇ ਨੂੰ ਪਾਉਣੀ ਜਾਂ ਨਹੀਂ ਪਾਉਣੀ। ਤੁਹਾਨੂੰ ਕੀ ਲੱਗਦਾ ਭਾਈ, ਕਿਹਨੂੰ ਵੋਟ ਪਾਉਂਗੇ ਜਾਂ ਕੌਣ ਅੱਗੇ ਚੱਲ ਰਿਹਾ? ਇਧਰਲੇ ਪਾਸੇ ਜੀ। ਹਾਂਜੀ ਹਾਂਜੀ, ਦੱਸੋ, ਇੱਥੇ ਹੀ ਖੜ ਜਾਓ, ਇੱਥੇ ਹੀ ਖੜ ਜਾਓ। ਹਾਂਜੀ, ਇਹ ਤਾਂ ਬਾਈ ਜੀ ਪਾਵਾਂਗੇ ਰਾਜੇ ਵੜਿੰਗ ਨੂੰ। ਰਾਜੇ ਵੜਿੰਗ ਨੂੰ? ਹਾਂਜੀ। ਅੱਛਾ ਜੀ, ਕਾਤੇ ਜਲੋ ਮੈਨੂੰ ਲਾ ਕੇ ਪਾਵਾਂਗੇ ਸੀ, ਸਾਡਾ ਕੰਮ ਇੰਨੇ ਵਿਚਾਰੇ ਇੰਨਾ ਕੰਮ ਸੁਣਿਆ, ਨਿੰਦਰ ਕਾਉਣੀ ਨਹੀਂ, ਇਸੇ ਨੂੰ ਪਾਉਣਾ। ਸਾਡੀਆਂ 9 ਵੋਟਾਂ ਇੱਥੇ ਪਿੰਡ ਪਿੰਡ ਦੇ ਵਿੱਚ। ਕਿਹੜੀ ਪਾਰਟੀ ਨੂੰ ਪਾਉਣੀਆਂ ਤੁਸੀਂ? ਕਾਂਗਰਸ ਨੂੰ ਪਾਉਣੀ। ਕਾਂਗਰਸ ਨੂੰ ਪਾਉਣੀਆਂ? ਹਾਂਜੀ। ਤੇ ਜਿਹੜਾ ਕਾਉਣੀ ਹੈ ਤੁਹਾਡੇ ਪਿੰਡੋਂ ਆਮ ਆਦਮੀ ਪਾਰਟੀ ਦੇ ਵੱਲ ਨੇ ਉਹ, ਤੇ ਉਹਨਾਂ ਦਾ ਕੀ ਮਾਹੌਲ ਆ? ਉਹਨਾਂ ਦਾ ਮਾਹੌਲ ਜੀ ਖਤਮ ਹੈ, ਆਖਣ ਨੂੰ ਬੜਾ ਕੁਝ ਆਖੀ ਜਾਵੇ ਕੁਛ ਨਹੀਂ ਬਦਲੇ। ਅੱਛਾ, ਆ ਜਿੱਦਾਂ ਕਹਿੰਦੇ ਵੀ ਸਾਡੇ ਮਕਾਨ ਨਹੀਂ ਬਣੇ ਜਾਂ ਮਕਾਨ ਨਹੀਂ ਆ ਰਹੇ, ਮੇਰੀ ਗੱਲ ਨੂੰ ਜੀ ਆਪਾਂ, ਮੇਰੀ ਹੁਣ ਆਪਾਂ ਮਿਹਨਤ ਕਰਾਂਗੇ ਮਕਾਨ ਪਾ ਸਕਦੇ ਹਾਂ। ਮੇਰੀ ਗੱਲ ਹੁੰਦਾ, ਸਾਡਾ ਨਾ ਤਾਂ ਕਾਂਗਰਸ ਪਾਰਟੀ ਨਹੀਂ ਕਰਿਆ ਸੀ ਕੁਛ, ਨਾ ਅਕਾਲੀ ਨੇ ਕਰਿਆ ਸੀਗਾ, ਸਾਡੇ ਜਿਹੜੇ ਬੁੱਢੇ ਸੀਗੇ ਜਮਾਂ ਮਰ ਗਏ, ਉਹ ਇਹਨਾਂ ਵੋਟਾਂ ਮਾਰੇ
ਘਰਦਿਆਂ ਦੇ ਮੋਹਰ ਪਾਉਂਦੇ ਅਤੇ ਸਾਡੇ ਬੁੱਢੇ ਜਿਉਂ ਮਰ ਗਏ ਜਾ ਕੇ ਮੇਰਾ ਘਰ ਵੇਖ ਲਓ ਵੇਖ ਸਕਦੇ ਬਾਈ ਜੀ ਤੁਸੀਂ ਤੁਹਾਨੂੰ ਫੋਟੋ ਖਿਚਾ ਲੈਂਦਾ ਆਪਣੇ ਦਿਲ ਦੇ ਉੱਤੇ ਆਪਾਂ ਕਰਿਆ ਸਾਰੇ ਕੋਲ ਮੇਰੇ ਇੱਕ ਗੁੜਗਾ ਸੀਗਾ 2.5 ਲੱਖ ਗੁੜਗੇ ਦੀ ਵਿਆਹ 'ਤੇ ਲਾਇਆ ਮੈਂ ਅਤੇ ਮੇਰੇ ਘਰ ਵੇਖ ਲਓ ਜਾ ਕੇ ਆਪਾਂ ਉਹ ਕੇ ਆਏ ਜਾਂ ਸਾਰਾ ਕੁਛ ਠੀਕ ਹੈ ਜੀ ਧੰਨਵਾਦ ਕਿਸੇ ਚਾਗ ਨੇ ਆਪਾਂ ਨੂੰ ਵੀ ਜਿੱਥੇ ਵੋਟ ਉਹਨੂੰ ਉੱਥੇ ਵੋਟ ਪਾਊਗਾ ਸ਼ੁਕਰੀਆ ਬਾਕੀ ਪਾਸੇ ਰੱਖ ਲਾ ਪਿੰਡ ਚ ਰੱਖ ਲਾ ਬਹੁਤ ਪੈਸੇ ਸਾਰਿਆਂ ਨੇ ਰਹਿੰਦੇ ਪਰ ਬੋਰਡ ਦਾ ਕੋਈ ਨੀਗਾ ਉਹ ਕਿਹੜਾ ਉਹਦੇ ਰਹਿੰਦੇ ਪੈਸੇ ਸਾਰਿਆਂ ਦੇ ਰਹਿੰਦੇ ਉਹਨਾਂ ਨੇ ਧਾਤੀ ਜੋੜ ਤੇ ਕਹਿੰਦੇ ਵੋਟ ਹੀ ਨਹੀਂ ਨਰੇਗਾ ਦੇ ਪੈਸੇ ਸੀਗੇ ਉਹ ਅੱਧਾ ਕਿਤੇ ਆ ਕੇ ਤੇ ਅੱਧਾ ਕਿਤੇ ਰਹਿੰਦੇ ਉਹ ਲੌਂਕੜੇ ਉਹ ਵੀ ਆਏ ਵਿੱਚ ਤੁਹਾਡਾ ਵੀ ਫਰਜ਼ ਬਣਦਾ ਜਦੋਂ ਅਗਲੇ ਆਉਂਦੇ ਨੇ ਤੁਹਾਡੇ ਪਿੰਡ ਹੱਥ ਜੋੜ ਕੇ ਵੋਟਾਂ ਮੰਗਦੇ ਨੇ ਉਹਨਾਂ ਨੂੰ ਸਵਾਲ ਕਰੋ ਜਵਾਬ ਦਿੱਤਾ ਜੀ ਐਤਕੀ ਵੀ ਭਾਜਪਾ ਨੂੰ ਪਾਵਾਂਗੇ ਸਾਨੂੰ ਕਣਕ ਦਿੰਦੇ ਆ ਇਹਨਾਂ ਨੂੰ ਤਾਂ 2-2 ਹਜ਼ਾਰ ਰੁਪਇਆ ਪਾਈ ਖਾਤੇ ਚ ਵੀ ਪਾਈ ਜਾਂਦੇ ਉਹ ਇਹ ਤਾਂ ਵੀ ਹਜੇ ਦੁਖੀ ਉਹਨਾਂ ਤੇ ਸਾਨੂੰ ਤਾਂ ਇਹ ਵੀ ਕੁਛ ਨੀ ਰਹੇ ਇਹਨਾਂ ਨੂੰ ਫਸਲਾਂ ਜ਼ਿਮੀਦਾਰ ਜਿਹੜੀ ਗੱਲ ਕਰਦੇ ਨੇ 2-2 ਹਜ਼ਾਰ ਖਾਤੇ ਚ ਵੀ ਪਾਈ ਜਾਂਦੇ ਆ ਉਹਨਾਂ ਦਾ ਫਸਲਾਂ ਦਾ ਵੀ ਦੇ ਜਾਂਦੇ ਆ ਉਹਨਾਂ ਨੂੰ 2-2 ਹਜ਼ਾਰ ਉਹ ਵੀ ਆ ਜਾਂਦਾ ਝੋਨਾ ਲਵਾਈ 1500 ਦੇ ਜਾਂਦੇ ਆ ਉਹਨਾਂ ਨੂੰ ਸਾਰੇ ਖਰਚੇ ਪਾਈ ਜਾਂਦਾ ਉਹਨਾਂ ਦਾ ਤਾਂ ਨਾ ਕੋਈ ਮਾਮਲਾ ਹੋਰ ਹੈ ਕੀ ਪਤਾ ਕੀ ਹੋਰ ਮਾਮਲਾ ਉਹਨਾਂ ਦੇ ਮਨ ਦੇ ਵਿੱਚ ਕੀ ਧਰਨੇ ਲਾਈ ਜਾਂਦੇ ਪੈਸੇ ਡਰਾ ਡਰਾ ਕੇ ਲਈ ਜਾਂਦੇ ਆ ਸਾਨੂੰ ਤਾਂ ਮਿਲ ਵੀ ਨਹੀਂ ਸਾਨੂੰ ਤਾਂ ਕਦੇ ਕਣਕ ਹੀ ਦਿੰਦਾ ਮੋਦੀ ਅਸੀਂ ਤਾਂ ਵੀ ਪਾਉਂਦੇ ਹਾਂ ਸਾਨੂੰ ਕਣਕ ਮਿਲਦੀ ਹੈ ਸਾਨੂੰ ਭਾਜਪਾ ਵੀ ਹੋ ਸਕਦਾ ਨਰੇਗਾ ਵੀ ਉਹ ਹੀ ਦਿੰਦਾ ਸਾਰਾ ਕੁਛ ਉਹੀ ਦਿੰਦਾ ਬਈ ਯਾਰ ਸਾਨੂੰ ਨਰੇਗਾ ਸਹੀ ਇੱਥੇ ਨਹੀਂ ਮਿਲ ਰਹੀ ਇਹ ਗੱਲਾਂ ਉੱਥੇ ਜਾ ਕੇ ਸਾਡੀਆਂ ਸੈਂਟਰ 'ਚ ਜਾਣਗੀਆਂ ਵੀ ਜਾਂ ਸੈਂਟਰ 'ਚ ਸਾਡੀ ਗੱਲ ਇਹ ਜਿਹੜੇ ਮੁੱਦੇ ਆ ਨਾ ਮੈਂ ਪੰਚਾਇਤ ਮੈਂਬਰ ਹਾਂ ਕੌਣੀ ਦਾ 10 ਸਾਲ ਪੰਚਾਇਤ ਮੈਂਬਰ ਰਿਹਾ ਕੋਈ ਮੈਂ ਆਮ ਗੱਲ ਨਹੀਂ ਕਰ ਰਿਹਾ ਮੈਂ ਸੱਚੀ ਮੁੱਚੀ ਕਹਿੰਦਾ ਮੈਂ ਕੋਈ ਡਰ ਕੇ ਗੱਲ ਨਹੀਂ ਕਰਦਾ ਮੈਨੂੰ ਭਲਾ ਕੋਈ ਫਾਂਸੀ ਵੀ ਲੱਗ ਜਾਏ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਬਾਈ ਤੁਸੀਂ ਕੀ ਕਹਿੰਦੇ ਹੋ ਕੀ ਮਾਹੌਲ ਨਹੀਂ ਬੜੇ ਬਾਬਾ ਜੀ ਬਾਬਾ ਜੀ ਕਹਿੰਦਾ ਮੈਂ ਸਾਰੀ ਸਹੀ ਗੱਲ ਆ ਸਹੀ ਹੈ ਕਿਹਦਾ ਮਾਹੌਲ ਲੱਗਦਾ ਤੁਹਾਨੂੰ ਤਾਂ ਤੁਸੀਂ ਕੌਣੀ ਪਿੰਡ ਤੋਂ ਹੀ ਹਾਂਜੀ ਹਾਂਜੀ ਠੀਕ ਹੈ ਜੀ ਬਾਜੀ ਬਾਬੇ ਨੇ ਕਿਹੜੀ ਸਾਨੂੰ ਮਨਜ਼ੂਰ ਆ ਬਾਬੇ ਹੁਣੀ ਉਹਦੀ ਗੱਲ ਕਰਦੇ ਸੀ ਨਰੇਗਾ ਦੀ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਮਾਹੌਲ ਆਪਣੀ ਬਾਜੀ ਚੱਲੀ ਜਾਵੇ ਵਧੀਆ ਵੋਟਾਂ ਬਾਰੇ ਦੱਸੋ ਵੋਟਾਂ ਵੀ ਮੇਰੇ ਅੱਡੇ ਵੀ ਨਹੀਂ ਚੱਲਦੇ ਕੀ ਆਈ ਹਾਂ ਆਈ ਵੀ ਹਰ ਜਾਂਦਾ ਹੈ ਕਈ ਬੰਦੇ ਹਰਨ ਤੇ ਹੀ ਪਾਈ ਜਾਂਦੇ ਨੇ ਵੀ ਚਲੋ ਤਰਸ ਆਧਾਰ ਤੇ ਹੀ ਪਾਉਂਦੇ ਆ ਤਰਸ ਆਧਾਰ ਤੇ ਕਈ ਬੰਦੇ ਬਾਈ ਹੁਣੀ ਕਹਿੰਦੇ ਵੀ ਹਰੇਕ ਵਾਰੀ ਟੈਂਪੀ ਹਰੀ ਜਾਂਦਾ ਵੀ ਐਤਕੀ ਪਾ ਕੇ ਦੇਖ ਲੈ ਉਸ ਬੰਦੇ ਤਰਸ ਆਧਾਰ ਹਾਂ ਬਿਲਕੁਲ ਕੰਮਾਂ ਦੇ ਮੁੱਦੇ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਗਿੱਦੜ ਬਾਹੇ ਦਾ ਬਾਵਾ ਵੱਡਾ ਪਿੰਡ ਹੈ ਕੌਣੀ ਉੱਥੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੀਜੀ ਚੌਥੀ ਸੱਥ ਘੁੰਮਦੇ ਹੋਏ ਹੁਣ ਆਪਾਂ ਇੱਥੇ ਬਾਈ ਹੁਣੀ ਬੈਠੇ ਹੋਏ ਨੇ ਇਹਨਾਂ ਕੋਲ ਆਏ ਹਾਂ ਚਿੱਟੇ ਕੁੜਤੇ ਪਾਏ ਵੈਸੇ ਦੱਸ ਰਹੇ ਨੇ ਵੀ ਸਿਆਸਤ ਵਾਲਾ ਮਾਹੌਲ ਬਾਹਲਾ ਹੀ ਭਖਿਆ ਹੋਇਆ ਬਾਈ ਕੀ ਕਹਿੰਦੇ ਹੋ ਫਿਰ ਐਤਕੀ ਗਿੱਦੜ ਬਾਹਾ ਬਾਹਲਾ ਹੌਟ ਸੀਟ ਬਣਿਆ ਹੋਇਆ ਅਤੇ ਕਿੱਧਰ ਨੂੰ ਜਾਂਦੀ ਲੱਗਦੀ ਗੱਲ ਹੈ ਅਤੇ ਮੁੱਦਿਆਂ 'ਤੇ ਕੌਣ ਕੌਣ ਗੱਲ ਕਰ ਰਿਹਾ ਕਿ ਬਸ ਇੱਕ ਦੂਸਰੇ ਨੂੰ ਭੰਡਣ ਤੱਕ ਹੀ ਚੱਲੀ ਜਾਂਦਾ ਕੰਮ ਨਹੀਂ ਇਸ ਵੇਲੇ ਹੀ ਜਿਹੜੀ ਪੁਜੀਸ਼ਨ ਆ ਡੈਂਪੀ ਢਿੱਲੋਂ ਕੰਨੀ ਜ਼ਿਆਦਾ ਚੱਲ ਰਹੀ ਹੈ ਠੀਕ ਹੈ ਹਾਂਜੀ ਹਾਂਜੀ ਹਵਾ ਪੂਰੀ ਹਵਾ ਹੀ ਅਤੇ ਫਿਰ ਚਲੋ ਡੈਂਪੀ ਦਾ ਤੁਸੀਂ ਕੰਮ ਹੀ ਨਿਬੇੜਤਾ ਵੀ ਪੁਜੀਸ਼ਨ ਉੱਧਰ ਨੂੰ ਆ ਪਰ ਦੂਜੇ ਨੰਬਰ ਦੀ ਲੜਾਈ ਲਈ ਫਿਰ ਕੌਣ ਕੌਣ ਆ ਹੁਣ ਜੀ ਉਹ ਵਿੱਚੇ ਤਾਂ ਐਂ ਲੱਗਦਾ ਜੀ ਸ਼ਾਇਦ ਰਾਜਾ
ਲੱਗਦਾ ਜੀ ਜਾਣੀ ਕਿ ਠੀਕ ਹੈ ਜੀ ਹਾਂਜੀ ਦੂਜੇ ਨੰਬਰ ਠੀਕ ਹੈ ਜੀ ਮਨ ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਇੱਕ ਪੋਸਟ ਪਾਈ ਵੀ ਮੈਂ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਵੀ ਆਹ ਵੀ ਲਿਆਊਂ ਉਹ ਵੀ ਲਿਆਊਂ ਇੱਦਾਂ ਗੱਲਬਾਤ ਕਰਤੀ ਅਤੇ ਇੱਕ ਵੀਡੀਓ ਵਾਇਰਲ ਹੋ ਗਈ ਕਹਿੰਦੇ ਨੌਕਰੀਆਂ ਵੰਡਦੇ ਫਿਰਦੇ ਸੀ ਉਹ ਕੀ ਕਹੋਗੇ ਉਹਨਾਂ ਦਾ ਮਾਹੌਲ ਕੀ ਕਹਿੰਦਾ ਇਹ ਜੀ ਇਲੈਕਸ਼ਨਾਂ ਦੇ ਨੇੜੇ ਹਰੇਕ ਨੇ ਵਾਅਦਾ ਕਰਨਾ ਹੁੰਦਾ ਜੀ ਮੈਂ ਐਂ ਕਰ ਦੂੰ ਮੈਂ ਐਂ ਕਰ ਦੂੰਗਾ ਜੀ ਵੋਟਾਂ ਤੋਂ ਬਾਅਦ ਗੱਲਾਂ ਹੋਰ ਹੁੰਦੀਆਂ ਜੀ ਕੀਰਾਂ ਹੋਰ ਹੁੰਦੀਆਂ ਜੀ ਠੀਕ ਹੈ ਹਾਂਜੀ ਇਹ ਲੱਗਦਾ ਤਾਂ ਹਾਂਜੀ ਅਤੇ ਬਾਕੀ ਮੁੱਦਿਆਂ ਦਾ ਜ਼ਰੂਰ ਦੱਸੋ ਵੀ ਜਿਹੜੇ ਵੀ ਖੜੇ ਨੇ ਸਿਆਸਤਦਾਨ ਮੈਦਾਨ ਦੇ ਵਿੱਚ ਬੇਸ਼ੱਕ ਮੁੱਖ ਮੰਤਰੀ ਸਾਹਿਬ ਵੀ ਆ ਕੇ ਪ੍ਰਚਾਰ ਕਰਦੇ ਨੇ ਕਿਤੇ ਭੰਡੀ ਪ੍ਰਚਾਰ ਕਰਕੇ ਤਾਂ ਨਹੀਂ ਤੁਰ ਜਾਂਦੇ ਕਿ ਤੁਹਾਡੇ ਗਿੱਦੜ ਬਾਹੇ ਨੂੰ ਚਾਹੀਦਾ ਕੀ ਹੈ ਉਹਦੀ ਵੀ ਗੱਲ ਹੁੰਦੀ ਹੈ ਸਾਡੇ ਜਾਇਜ਼ ਕੰਮ ਹੋਣ ਜਿਹੜੇ ਹੈਗੇ ਆ ਦੂਜੇ ਨਜਾਇਜ਼ ਕੰਮਾਂ ਤੋਂ ਥੋੜ੍ਹਾ ਜਿਹਾ ਪਰੇ ਰਵੇ ਬਸ ਇਹੀ ਆ ਜੀ ਨਹੀਂ ਗੱਲ ਉੱਦਾਂ ਕਰਦੇ ਨੇ ਜਦੋਂ ਸਿਆਸਤਦਾਨ ਤੁਹਾਡੇ ਪਿੰਡ 'ਚ ਪ੍ਰਚਾਰ ਮੰਤਰੀ ਮੁੱਖ ਮੰਤਰੀ ਗੱਲਾਂ ਬਹੁਤ ਵਧੀਆ ਬਹੁਤ ਸਾਡੇ ਹਲਕੇ ਦੇ ਵਿਕਾਸ ਦੀਆਂ ਕਰਦੇ ਆ ਬਹੁਤ ਵਧੀਆ ਹੋਊਗਾ ਵੀ ਕਰਨਗੇ ਵੀ ਕਹਿੰਦੇ ਆ ਜ਼ਰੂਰ ਕਹਿੰਦੇ ਆ ਡੈਂਪੀ ਢਿੱਲੋਂ ਵੀ ਜਿਹੜੇ ਕਹਿੰਦਾ ਵੀ ਮੈਂ ਫੰਡ ਲਿਆ ਕੰਮ ਚੱਲੀ ਵੀ ਜਾਂਦੇ ਆ ਕਿੱਧਰ ਵੀ ਸੀਵਰੇਜ ਪਾਈਪ ਲਾਈਨ ਪਈ ਜਾਂਦੀ ਹੈ ਕੰਮ ਸ਼ੁਰੂ ਹੋ ਗਏ ਪਿੰਡਾਂ ਦੇ ਵਿੱਚ ਥੋੜੇ ਅਕਾਲੀ ਦਲ ਦੀ ਜੇ ਗੱਲ ਕਰ ਲਈਏ ਬਾਈ ਕਿਸੇ ਸਮੇਂ ਗੜ ਮੰਨਿਆ ਜਾਂਦਾ ਸੀ ਗਿੱਦੜ ਬਾਹੇ ਤੋਂ ਅਕਾਲੀ ਸਿਆਸਤ ਸ਼ੁਰੂ ਹੁੰਦੀ ਸੀ ਪਰ ਇਸ ਟਾਈਮ ਅਕਾਲੀ ਦਲ ਮੈਦਾਨ ਦੇ ਵਿੱਚ ਹੀ ਨਹੀਂ ਗਿਆ ਤੇ ਤੁਹਾਨੂੰ ਕੀ ਲੱਗਦਾ ਜਿਹੜੇ ਅਕਾਲੀ ਦਲ ਦੇ ਪੱਕੇ ਵੋਟਰ ਸੀ ਉਹ ਘਰੇ ਬਹਿ ਜਾਣਗੇ ਜਾਂ ਫਿਰ ਉਹ ਐਤਕੀ ਕਿਸੇ ਦੇ ਨਾਲ ਤੁਰਨਗੇ ਅਸੀਂ ਅਕਾਲੀ ਦਲ ਦੇ ਪੱਕੇ ਵੋਟਰ ਸੀਗੇ ਤੁਸੀਂ ਹਾਂਜੀ ਹਾਂਜੀ ਐਤਕੀ ਸਾਡਾ ਇਹ ਸਟੈਂਡ ਆਈ ਜਾਣੀ ਕਿ ਡੈਂਪੀ ਢਿੱਲੋਂ ਯਾਨੀ ਕਿ ਲੋਕਾਂ 'ਚ ਵਿਚਰਦਾ ਵੀ ਆ ਲੋਕਾਂ ਨਾਲ ਵਰਤਦਾ ਵੀ ਆ ਵਧੀਆ ਬੰਦਾ ਇਨਸਾਨ ਆ ਜੀ ਹਾਂ ਲੋਕਾਂ ਦੇ ਯਾਨੀ ਕਿ ਦੁੱਖਦੇ ਸੁੱਖਦੇ ਹਰ ਇੱਕ ਦਾ ਕੱਢਦਾ ਜੀ ਅਤੇ ਅਸੀਂ ਅਕਾਲੀ ਦਲ ਜਿੰਨਾ ਸੀਗਾ ਜੀ ਇੱਕ ਹੀ ਡੈਂਪੀ ਢਿੱਲੋਂ ਨਾਲ ਚੱਲੇ ਵੇ ਡੈਂਪੀ ਢਿੱਲੋਂ ਹਾਂਜੀ ਹਾਂਜੀ ਕੌਣੀ ਪਿੰਡ 'ਚ ਡੈਂਪੀ ਢਿੱਲੋਂ ਚੱਲਿਆ ਵੇ ਅਕਾਲੀ ਦਲ ਤੁਸੀਂ ਦੱਸੋ ਬਾਪੂ ਜੀ ਕੀ ਕਹਿੰਦੇ ਹੋ ਅੱਛਾ ਭਰਾਵਾ ਕੌਣ ਇੱਥੋਂ ਇੱਥੇ ਤਾਂ ਇੱਥੋਂ ਉੱਥੇ ਅੱਛਾ ਆਪਣਾ ਬਾਹਰ ਹੀ ਨਹੀਂ ਗਏ ਕਿਤੇ ਵੋਟ ਨਹੀਂ ਪਾਉਣ ਜਾਣੀ ਵੋਟ ਕਾਂਗਰਸ ਨੂੰ ਹੀ ਪਾਉਣਾ ਭਰਾਵਾ ਅੱਛਾ ਕਾਂਗਰਸ ਨੂੰ ਪਾਉਣੀ ਹੈ ਤੁਸੀਂ ਠੀਕ ਹੈ ਥੋੜ੍ਹੀ ਥੋੜ੍ਹੀ ਹਵਾ ਹੈ ਕਾਂਗਰਸ ਦੀ ਵੀ ਤੁਸੀਂ ਕੀ ਕਹਿੰਦੇ ਹੋ ਜਿਹੜਾ ਮੈਂ ਕਹਿਣਾ ਕੀ ਹੈ ਜੀ ਅਕਾਲੀ ਦਲ ਦਾ ਤਾਂ ਜਿਹੜੇ ਵੋਟ ਹੈਗੀ ਆ ਹੁਣ ਬਾਦਲ ਵਾਲੇ ਸੁਖਬੀਰ ਹੋਰੀ ਕਹੀ ਜਾਂਦੇ ਆ ਹਾਂਜੀ ਵੀ ਮਨਪ੍ਰੀਤ ਨੂੰ ਉਹ ਅੱਧੀ ਵੋਟ ਮਨਪ੍ਰੀਤ ਨੂੰ ਪੈ ਜਾਣੀ ਆ ਅੱਧੀ ਡੈਂਪੀ ਨੂੰ ਪੈ ਜਾਣੀ ਕਹਿ ਰਹੇ ਨੇ ਉਹ ਇਹ ਗੱਲ ਵੀ ਮਨਪ੍ਰੀਤ ਨੂੰ ਹਾਂਜੀ ਹਾਂਜੀ ਪਿੰਡਾਂ 'ਚ ਫੋਨ ਆਈ ਜਾਂਦੇ ਲੋਕਾਂ ਨੂੰ ਆਈ ਜਾਂਦੇ ਹਾਂ ਇਹ ਨਵੀਂ ਗੱਲ ਹੈ ਵੈਸੇ ਜਾਣਕਾਰੀ ਭਰਪੂਰ ਗੱਲ ਕਹੀ ਆ ਬਾਈ ਹੁਣੀ ਇਹ ਬਹੁਤ ਸਾਰੇ ਜਿਹੜੇ ਚੰਡੀਗੜ੍ਹ ਬੈਠੇ ਹੋਏ ਪੱਤਰਕਾਰ ਨੇ ਉਹ ਵੀ ਜਦੋਂ ਵਿਸ਼ਲੇਸ਼ਣ ਕਰਦੇ ਨੇ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਸੀ ਵੀ ਭਾਈ ਮਨਪ੍ਰੀਤ ਬਾਦਲ ਵੱਲ ਵੋਟ ਭਗਤਾਉਣ ਦੀ ਕੋਸ਼ਿਸ਼ ਹੋਊਗੀ ਬਾਦਲਕਿਆਂ ਦੀ ਤੇ ਉਹ ਹੋ ਰਹੀ ਹੈ ਬਾਈ ਹੁਣੀ ਜਿਸ ਤਰੀਕੇ ਨਾਲ ਪੁਸ਼ਟੀ ਕੀਤੀ ਹੈ ਕੀ ਕਹਿੰਦੇ ਨੇ ਫਿਰ ਫੋਨ ਕਰਕੇ ਗੱਲਬਾਤ ਕੀ ਮੈਂ ਤਾਂ ਘਰ ਅੱਜ ਹੀ ਬੈਠਾ ਸੀ ਅੱਜ ਤਾਂ ਖੇਤ ਰੁੱਝੇ ਹੋਏ ਸੀਗੇ ਅੱਜ ਇੱਥੇ ਚਰਚਾ ਚੱਲੀ ਸੀਗੀ ਵੀ ਸੁਖਬੀਰ ਬਾਦਲ ਖੁਦ ਆਪਦੇ ਮਤਲਬ ਵਰਕਰਾਂ ਨੂੰ ਕਹਿ ਰਿਹਾ ਵੀ ਤੁਸੀਂ ਮਨਪ੍ਰੀਤ ਦੀ ਸਪੋਰਟ ਕਰੋ ਮਨਪ੍ਰੀਤ ਦੀ ਸਪੋਰਟ ਤੇ ਵਰਕਰ ਅੱਗਿਓਂ ਕੀ ਕਹਿ ਰਹੇ ਨੇ ਕਹਿੰਦੇ ਤਾਂ ਤੁਰਾਂਗੇ ਜਾਂ ਫਿਰ ਡੈਂਪੀ ਵੱਲ ਨੂੰ ਝੁਕਾਵ ਲੀਡਰ ਨੂੰ ਤਾਂ ਫਿਰ ਕਹਿੰਦੇ ਆ ਨਾ ਜੀ ਪਹਿਲਾਂ ਪੁਰਾਣਾ ਲੀਡਰ ਹੈਗਾ ਉਹਨਾਂ ਦੇ ਮੂੰਹ ਮੱਥੇ ਲੱਗਦੇ ਉਹਨੂੰ ਕਹਿੰਦੇ ਹੀ ਪਾਵਾਂਗੇ ਅੱਛਾ ਜੀ ਬਾਕੀ ਗਾਂ ਮੌਕੇ ਤੇ ਪਤਾ ਲੱਗੋ ਵੀ ਕੀ ਕਰਦੇ ਆ ਸਹੀ ਹੈ ਸਹੀ ਹੈ ਉਹਦਾ ਕੌਣੀ ਪਿੰਡ ਬਹੁਤ ਵੱਡਾ ਸਿਆਸਤ ਨੂੰ ਵਾਹਵਾ ਪ੍ਰਭਾਵਿਤ ਕਰਦਾ ਖਾਸ ਕਰਕੇ ਗਿੱਦੜ ਵਾਹੇ ਦੀ ਨੂੰ ਤੇ ਫਿਰ ਇੱਥੇ ਆਉਣ ਜਾਣ ਤਾਂ ਲੱਗੀ ਰਹਿੰਦੀ ਹੋਊ ਲੀਡਰਾਂ ਦੀ ਸਾਰਾ ਬਹੁਤ ਬਹੁਤ ਲੀਡਰ ਆਈ ਜਾਂਦੇ ਆ ਸਾਡੇ ਕਾਦੇ ਦਫ਼ਤਰ ਇੱਕ ਤਾਂ ਆਮ ਆਦਮੀ ਦਾ ਇੱਧਰ ਕਾਂਗਰਸ ਵਾਲਾ ਦਾ ਗਿਆ ਨਾਲ ਜਿੱਥੋਂ ਤੁਸੀਂ ਨਿਕਲ ਕੇ ਆਏ ਸਾਡੇ ਪਿੰਡ ਦੇ ਲੀਡਰ ਵੀ ਹੈ ਭਾਜਪਾ ਦੇ ਵੀ ਹੈ ਨਰਿੰਦਰ ਕੌਣੀ ਕਾਂਗਰਸ ਦੇ ਆ ਸੁਖਜਿੰਦਰ ਕੌਣੀ ਆਪ ਦਾ ਤੇ ਅਕਾਲੀ ਦਲ ਦਾ ਵੀ ਹੈਗਾ ਸਾਰੇ ਸਾਡੇ ਵੱਡੇ ਲੀਡਰ ਵੱਡੇ ਵੱਡੇ ਲੀਡਰ ਤੇ ਪੂਰਾ ਕੀ ਕਹਿੰਦੇ ਹੋ ਬਾਈ ਕਿੱਧਰ ਨੂੰ ਮਾਹੌਲ ਹੈ ਬਾਈ ਕਾਂਗਰਸ ਦਾ ਹੀ ਜ਼ੋਰ ਜ਼ਿਆਦਾ ਲੱਗਦਾ ਕਾਂਗਰਸ ਦਾ ਲੱਗ ਰਿਹਾ ਹਾਂਜੀ ਠੀਕ ਹੈ ਜੀ ਹਾਏ ਹੈਲੋ ਅੱਛਾ ਤੇ ਬਾਕੀਆਂ ਦਾ ਕੀ ਕਹਿੰਦੇ ਹੋ ਫਿਰ ਇੱਕ ਮੁੱਦਿਆਂ ਦੀ ਗੱਲ ਹੋ ਰਹੀ ਹੈ ਵੀ ਮੁੱਦਿਆਂ 'ਤੇ ਚਰਚਾ ਹੋ ਰਹੀ ਹੈ ਵੀ ਚਾਹੀਦਾ ਕੀ ਗਿੱਦੜ ਬਾਹੇ ਨੂੰ ਕੌਣੀ ਨੂੰ ਕੀ ਚਾਹੀਦਾ ਨਹੀਂ ਮੁੱਦਿਆਂ ਦੀ ਲੜਾਈ ਨਹੀਂ ਨਾ ਹੋ ਰਹੀ ਇਹ ਤਾਂ
ਆਪਸੀ ਲੜਾਈ ਹੋ ਰਹੀ ਹੈ, ਭੰਡੀ ਪ੍ਰਚਾਰ ਚੱਲ ਰਿਹਾ ਬਿਲਕੁਲ ਜੀ। ਕੀ ਇੱਕ ਦੂਸਰੇ ਨੂੰ ਕਹੀ ਜਾਂਦੇ ਨੇ ਉਹਨੇ ਐ ਕੀਤਾ ਇਹਨੇ ਐ ਕੀਤਾ, ਪਰ ਕੋਈ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ? ਬਿਲਕੁਲ ਬਿਲਕੁਲ, ਮੁੱਦਿਆਂ ਦੀ ਲੜਾਈ ਨਹੀਂ ਹੋ ਰਹੀ। ਠੀਕ ਹੈ ਜੀ ਭਾਈ, ਤੁਸੀਂ ਕੀ ਕਹਿੰਦੇ ਹੋ ਕਿੱਧਰ ਨੂੰ ਹਵਾ ਆ ਕੇ? ਰਾਜੇ ਬਣੀ, ਰਾਜੇ ਬਣੀ, ਹਾਂਜੀ ਜਿੰਨਾ ਕੰਮ ਰਾਜੇ ਨੇ ਕੀਤਾ ਇੰਨਾ 30 ਸਾਲਾਂ 'ਚ ਡੈਂਪੀ ਨੇ ਨਹੀਂ ਕੀਤਾ। ਅਤੇ ਕਹਿੰਦਾ ਡੈਂਪੀ ਜੇ ਤੂੰ ਨਹੀਂ, ਟੈਂਪੀ ਜ਼ੀਰੋ ਕਰ ਦਾਂਗੇ ਅਸੀਂ, ਹਾਂ ਜ਼ੀਰੋ ਕਰ ਦਾਂਗੇ, ਬਈਆਂ ਪਤੀਲੇ ਵਾਂਗੂ ਮਾਰ ਕੇ ਛੱਡ ਦੇਣਾ। ਠੀਕ ਹੈ ਜੀ ਬਾਈ, ਤੁਸੀਂ ਕੀ ਕਹਿੰਦੇ ਹੋ ਕੌਣ ਅੱਗੇ ਚੱਲ ਰਹੇ? ਅੰਮ੍ਰਿਤਾ ਵੜਿੰਗ ਜੀ, ਅੰਮ੍ਰਿਤਾ ਵੜਿੰਗ, ਹਾਂਜੀ ਠੀਕ ਹੈ ਜੀ। ਅਤੇ ਡੈਂਪੀ ਢਿੱਲੋਂ ਹੋਣਾ ਦਾ ਕੀ ਮਾਹੌਲ ਹੈ? ਡੈਂਪੀ ਢਿੱਲੋਂ ਦਾ ਨਹੀਂ ਮਾਹੌਲ ਜੀ, ਜ਼ਿਆਦਾਤਰ ਜੇਕਰ ਦੇਖਿਆ ਜਾਊਗਾ ਤਾਂ ਜੀ ਇਹ ਫਿਰ ਦਲ ਬਦਲੂ ਕਹਿ ਸਕਦੇ ਆਪਾਂ ਇਹਨਾਂ ਨੂੰ, ਪਰ ਇਹ ਵੀ ਜਿਵੇਂ ਪਹਿਲਾਂ ਹਾਰਿਆ ਗਿਆ ਐਤਕੀ ਵੀ ਉਸ ਤਰ੍ਹਾਂ ਹੀ ਹਾਰਨਗੇ ਜੀ। ਅੱਛਾ, ਹਾਂਜੀ ਫਿਰ ਬਾਜੀ ਰਾਜਾ ਵੜਿੰਗ ਹੀ ਲੈ ਕੇ ਜਾਊਗਾ ਜੀ। ਇਹ ਜਿੱਦਾਂ ਮੁੱਖ ਮੰਤਰੀ ਸਾਹਿਬ ਆ ਕੇ ਵਾਅਦੇ ਕਰ ਰਹੇ ਨੇ ਵੀ ਭਾਈ ਡੈਂਪੀ ਨੂੰ ਜਿਤਾਓ, ਕੰਮ ਫੇਰ ਹੀ ਤੁਹਾਡੇ ਹਲਕੇ 'ਚ ਹੋਣੇ ਨੇ, ਕੀ ਲੱਗਦਾ ਇਹ 'ਤੇ? ਨਹੀਂ ਜੀ ਬਾ, ਪਹਿਲਾਂ ਹੀ ਤੁਸੀਂ ਦੇਖ ਚੁੱਕੇ ਹੋ ਜਿਵੇਂ ਭਗਵੰਤ ਮਾਨ ਸਰਕਾਰ ਬਣਨ ਤੋਂ, ਸਰਕਾਰ ਤੋਂ ਪਹਿਲਾਂ ਹੀ ਵਾਅਦੇ ਕਰ ਚੁੱਕਿਆ ਕਿੰਨੇ ਜੀ ਵੀ ਮੈਂ ਇੱਕ ਮੰਨ ਲਓ ਲੇਡੀਜ਼ ਨਾਲ ਵਾਅਦੇ ਕੀਤੇ 1000-1000 ਰੁਪਇਆ ਦੇਊਂਗਾ ਮੈਂ, ਪੈਨਸ਼ਨ 2500 ਦੇਊਂਗਾ, ਪਰ ਤੁਸੀਂ ਦੇਖ ਸਕਦੇ ਹੋ ਜੀ 32 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਨਾ ਤਾਂ ਇਹਨਾਂ ਨੇ 1000-1000 ਰੁਪਇਆ ਦਿੱਤਾ ਜੀ, ਨਾ ਕੋਈ ਪੈਨਸ਼ਨ 2500 ਰੁਪਏ ਕੀਤੀ ਆ। ਮੰਨ ਲਓ ਜਿਵੇਂ ਹੁਣ ਕਣਕ ਵਗੈਰਾ ਮਿਲਦੀ ਸੀ ਉਹ ਵੀ ਬੰਦ ਕਰੀ ਬੈਠੇ ਆ ਜੀ, ਜਿਹੜੀ 2-2 ਰੁਪਏ ਵਾਲੀ ਮਿਲਦੀ ਸੀ ਤੁਸੀਂ, 32 ਮਹੀਨੇ ਹੋ ਗਏ ਅੱਜ ਤੱਕ ਉਹ ਨਹੀਂ ਆਈ ਜੀ। ਅਤੇ ਇਸ ਨਾਲ ਯਾਨੀ ਕਿ ਭਗਵੰਤ ਮਾਨ ਭਲਾਂ ਦੀ ਖੋਖਲੇ ਦਾਅਵੇ ਕਰ ਰਿਹਾ ਹੈਗਾ, ਇਹ ਤਾਂ ਯਾਨੀ ਕਿ ਕੋਈ ਸੱਚ ਸਾਬਤ ਨਹੀਂ ਹੋਣੇ ਹਾਂ ਜੀ ਇਹਨਾਂ ਦੇ ਜੀ। ਸ਼ੁਕਰੀਆ ਬਾਈ, ਤੁਸੀਂ ਕੀ ਕਹਿੰਦੇ ਹੋ ਕੀ ਮਾਹੌਲ ਹੈ? ਮਾਹੌਲ ਤਾਂ ਕਰਾਂ ਵੀਰੇ ਰਾਜੇ ਵੜਿੰਗ ਦੇ ਹੀ ਆ, ਰਾਜੇ ਵੜਿੰਗ, ਹਾਂ। ਬਾਕੀ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ, ਜਿਮਣੀ ਚੋਣਾਂ ਜਿੱਥੇ ਵੀ ਅੱਜ ਤੱਕ ਹੋਈਆਂ ਜਿਹਦੀ ਸਰਕਾਰ ਹੁੰਦੀ ਹੈ ਵੈਸੇ ਉਹਦਾ ਉਮੀਦਵਾਰ ਜਿੱਤਦਾ। ਇਹ ਤਾਂ ਹੈ, ਇਹ ਤਾਂ ਹੈ। ਫਿਰ ਉਸ ਹਿਸਾਬ ਨਾਲ ਫਿਰ ਕੀ ਲੱਗਦਾ, ਜ਼ੋਰ ਤਾਂ ਵੈਸੇ ਸਾਰਿਆਂ ਦਾ ਹੀ ਲੱਗਿਆ ਹੋਇਆ ਵੀ ਇਹਦੇ ਵਿੱਚ ਜਿਹੜੀ ਕਾਂਗਰਸ ਦੀ ਵੋਟ ਤਾਂ ਆਪਦੀ ਜਗ੍ਹਾ ਦਿਖੜੀ ਆ, ਅਤੇ ਜਿਹੜੀ ਅਕਾਲੀ ਦਲ ਦੀ ਵੋਟ ਸੀ ਉਹ 15% ਕਾਂਗਰਸ 'ਚ ਆਈ ਆ। ਅੱਛਾ, ਬਾਕੀ ਵੋਟ ਮੰਨ ਲਾ ਡੈਂਪੀ ਢਿੱਲੋਂ ਵਾਲੇ ਬੰਦੇ ਨਾਰਾਜ਼ ਅਕਾਲੀ ਦਲ ਦੇ, ਅਤੇ ਜ਼ਿਆਦਾਤਰ ਵੋਟ ਮਨਪ੍ਰੀਤ ਬਾਦਲ ਨੂੰ ਭੁਗਤੂਗੀ ਉਹ, ਜਿੰਨੀ ਵੀ ਹੈਗੀ ਅਕਾਲੀ ਦਲ ਦੀ। ਉਹ ਤਾਂ ਬਾਈ ਹੁਣੀ ਪੁਸ਼ਟੀ ਕੀਤੀ ਵੀ ਹੈ ਕਿ ਜਿਹੜੀ ਆਮ ਆਦਮੀ ਦੀ ਵੋਟ ਹੈਗੀ ਆ ਉਹ ਪ੍ਰਿਤਪਾਲ ਸ਼ਰਮਾ ਬੀਜੇਪੀ ਚਲਾ ਗਿਆ, ਕੁਛ ਵੋਟਾਂ ਵੀ ਆਪਣੇ ਨਾਲ ਲੈ ਗਿਆ, ਲੈ ਕੇ ਜਾਊਗਾ। ਮਤਲਬ ਕਿ ਕੁੱਲ ਮਿਲਾ ਕੇ ਸਾਰੇ ਪਾਸਿਓਂ ਥੋੜੀ ਥੋੜੀ ਵੋਟ ਮਨਪ੍ਰੀਤ ਦਲ ਨੂੰ ਜਾਂਦੀ ਤੁਸੀਂ ਤੁਹਾਨੂੰ ਨਜ਼ਰ ਆ ਰਹੀ, 100% ਜਾਂਦੀ ਨਜ਼ਰ ਆਈ ਜੀ। ਅੱਛਾ, ਤੇ ਫਿਰ ਕੀ ਪੋਜੀਸ਼ਨ ਹੈ ਮਨਪ੍ਰੀਤ ਬਾਦਲ ਦੀ? ਮਨਪ੍ਰੀਤ ਬਾਦਲ ਜਿੰਨਾ ਕੁ ਸਾਡਾ ਦਿਮਾਗ ਕੰਮ ਕਰਦਾ ਵੀ ਦੂਜੇ ਨੰਬਰ 'ਤੇ ਆ ਸਕਦਾ, ਵੋਟਾਂ ਵੱਧ ਲਈ ਇਹਦੇ ਨਾਲੋਂ ਡੈਂਪੀ ਨਾਲੋਂ। ਆਪਣੀਆਂ ਆਪਣੀਆਂ ਕਿਆਸ ਰਾਈਆਂ ਨੇ, ਆਪਣੇ ਆਪਣੇ ਕਿਆਫੇ ਨੇ, ਹਰੇਕ ਬੰਦਾ ਆਪਣੇ ਹਿਸਾਬ ਨਾਲ ਐਨਾਲਾਈਜ਼ ਕਰਦਾ ਵੀ ਜਿਹੜੀ ਸਥਿਤੀ ਹੈ ਉਹਨਾਂ ਦੇ ਹਲਕੇ ਦੇ ਵਿੱਚ ਕਿਹੋ ਜਿਹੀ ਹੈ, ਉਹ ਸਾਰੀਆਂ ਗੱਲਾਂ ਚੱਲਦੀਆਂ। ਇੱਕ ਬਾਈ ਹੁਣੀ ਇੱਥੇ ਨਵੇਂ ਆਏ ਨੇ, ਇਹਨਾਂ ਬਾਈ ਹੁਣਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੀ ਮਾਹੌਲ ਹੈ ਤੁਹਾਡੇ ਗਿੱਦੜ ਬਾਹੇ ਦਾ, ਤੁਹਾਡੇ ਪਿੰਡ ਦਾ, ਕੌਣ ਅੱਗੇ ਚੱਲ ਰਿਹਾ ਨਜ਼ਰ ਆ ਰਿਹਾ ਇਸ ਸਮੇਂ? ਸਭ ਤੋਂ ਰਾਜਾ ਹੀ ਲੱਗਦਾ ਜੀ। ਹਾਂਜੀ, ਰਾਜਾ ਹੀ ਲੱਗਦਾ ਹੁੰਦਾ, ਰਾਜਾ ਲੱਗ ਰਿਹਾ। ਠੀਕ ਹੈ ਜੀ, ਅਤੇ ਬਾਕੀ ਜਿਹੜੇ ਜ਼ੋਰ ਲਾ ਰਹੇ ਨੇ ਸਾਰੇ ਉਹਨਾਂ ਬਾਰੇ ਕੀ ਕਹੋਗੇ? ਮਨਪ੍ਰੀਤ ਬਾਦਲ ਹੁਣੀ ਕਹਿੰਦੇ ਲੰਬਾ ਬਨਵਾਸ ਕੱਟ ਕੇ ਪਰਤੇ ਨੇ, ਉਹ ਵੀ ਜ਼ੋਰ ਲਾ ਰਹੇ ਨੇ, ਕੀ ਲੱਗਦਾ ਮਾਹੌਲ? ਜ਼ੋਰ ਤਾਂ ਸਾਰੇ ਲਾਈ ਜਾਂਦੇ, ਟੁੱਟ ਲਾਉਂਦੇ ਜੀ ਆਪਦਾ ਜੀ, ਸਾਰੇ ਲਾਈ ਜਾਂਦੇ ਆ। ਠੀਕ ਹੈ, ਇਹ ਸਾਰੇ ਦੇ ਵਿੱਚ ਜਦੋਂ ਸਰਕਾਰ ਦੀ ਧਿਰ ਦੀ ਗੱਲ ਕਰਦੇ ਹਾਂ, ਮੁੱਖ ਮੰਤਰੀ ਸਾਹਿਬ ਵੀ ਵਾਹਵਾ ਗੇੜੇ ਤੁਹਾਡੇ ਇੱਥੇ ਹਲਕੇ 'ਚ ਮਾਰ ਰਹੇ ਨੇ, ਵਾਅਦੇ ਵੀ ਕੀਤੇ ਜਾ ਰਹੇ ਨੇ, ਉਹਦੇ ਬਾਰੇ ਕੀ ਕਹੋਗੇ ਸਰਕਾਰੀ ਧਿਰ ਬਾਰੇ? ਸਰਕਾਰ ਜਾਂ ਸਰਕਾਰ ਜ਼ੋਰ ਲਾਊਗੀ ਆਪਦਾ, ਜ਼ਿਆਦਾ ਰਾਜੇ ਕੰਨੀ ਜ਼ਿਆਦਾ ਚੱਲੀ ਜਾਂਦਾ ਜੀ ਸਭ ਦਾ, ਰਾਜੇ ਕੰਨੀ ਜ਼ਿਆਦਾ। ਹਾਂਜੀ ਹਾਂਜੀ, ਕੀਤੇ ਨੇ ਰਾਜੇ ਹੁਣਾਂ ਨੇ ਕੰਮ? ਬਹੁਤ ਕੰਮ ਕੀਤੇ ਜੀ। ਅੱਛਾ ਜੀ, ਸਾਡੇ ਪਿੰਡ 'ਚ ਵੇਖ ਲਓ ਜਾ ਕੇ ਜੀ, ਸਾਰੇ ਸਕੂਲ ਵੇਖ ਲਓ, ਹਸਪਤਾਲ ਵੇਖ ਲਓ, ਤੇਰੇ ਪਾਰਕ ਵੇਖ ਲਓ, ਧਰਮਸ਼ਾਲਾ ਵੇਖ ਲਓ, ਸਾਰਾ ਕੰਮ ਕੀਤਾ ਵੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਧੰਨਵਾਦ।